ਨੈਤਿਕਤਾ ਤੇ ਕਹਿੰਦੀ ਉਸ 17 19 22 24 ਲਗਾਤਾਰ ਹਾਰਾਂ ਹੋਈਆਂ ਜਿਹੜਾ ਤੁਹਾਡਾ ਆਪੋਜੀਸ਼ਨ ਵਾਲਾ ਤੁਹਾਡਾ ਜਾਂ ਤੁਸੀਂ ਕਰੋ ਤੁਹਾਡੇ ਪੁਰਾਣੇ ਸਾਥ ਉਹ ਤਾਂ ਲਗਾਤਾਰ ਡਿਮਾਂਡ ਹੀ ਕਰਦੇ ਪਏ ਕਿ ਜਿੰਮੇਵਾਰੀ ਤਾਂ ਲੈਣੀ ਪੋਗੂ। ਤੁੰਡਾ ਕਮੇਟੀ ਸੁਖਵੀਰ ਸਿੰਘ ਬਾਦਲ ਦਾ ਜ਼ਿਕਰ ਨਹੀਂ ਕਰ ਰਹੀ। ਬਲਕਿ ਉਹ ਕਹਿ ਰਿਹਾ ਕਿ ਲੀਡਰਸ਼ਿਪ ਦੇ ਉੱਤੇ ਕ੍ਰੈਡੀਬਿਲਟੀ ਕ੍ਰਾਈਸਿਸ ਹੈ। ਜਿਹੜੀ ਮਿਸਟਰ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ। ਪਰ ਤੁਸੀਂ ਕਿਹੜੀ ਗੱਲ ਦੀ ਮਾਫੀ ਮੰਗੀ ਸੀ? ਦੇਖੋ ਸਾਡੇ ਤੇ ਇਹ ਇਲਜ਼ਾਮ ਤਾਂ ਸਾਡੇ ਦੁਸ਼ਮਣਾਂ ਨੇ ਵੀ ਕਦੇ ਨਹੀਂ ਲਾਇਆ ਕਿ ਬੇਅਦਬੀ ਅਸੀਂ ਕਰਾਈ। ਸਾਡੇ ਤੇ ਇਲਜ਼ਾਮ ਲਾਇਆ ਕਿ ਬੇਅਦਬੀ ਨੂੰ ਹੈਂਡਲ ਇਹਨਾਂ ਨੇ ਠੀਕ ਨਹੀਂ ਕੀਤਾ ਫਿਰ ਕੌਮ ਨੇ ਮਾਫ ਕਿਉਂ ਨਹੀਂ ਕੀਤਾ ਤੁਸੀਂ ਕਿੰਦੀ ਰਿਸਪੌਂਸਿਬਿਲਟੀ ਮੰਨਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਿਕ ਪੱਖੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਆਪਣੀ ਮੰਨਦਾ ਪਹਿਲੀ ਕਰਦਾ ਤੁਹਾਨੂੰ ਕਿਉਂ ਲੱਗਦਾ ਕਿ ਤੁਹਾਨੂੰ ਕਟਾਰੇ 'ਚ ਕਿਉਂ ਖੜਾ ਕੀਤਾ ਗਿਆ ਇਹ ਇੱਕ ਪੂਰੀ ਕਾਂਸਪੀਰੇਸੀ ਹੈ ਕਿ ਅਕਾਲੀ ਦਲ ਨਹੀਂ ਬਚਣਾ ਚਾਹੁੰਦਾ ਚਾਹੀਦਾ ਹੋਰ ਜਿਹੜੇ ਮਾਝੀ ਆ ਜਾਈਏ ਤੁਸੀਂ ਆਪਦੀ ਗਲਤੀ ਮੰਨਦੇ ਹੋ ਕੋਈ ਸਿੱਖ ਸਿਆਸਤ ਨੂੰ ਅਕਸੈਪਟ ਕਰੋ ਨਹੀਂ ਤੁਸੀਂ ਗਏ ਸੀ ਭਾਜੀਪੀ ਨਾਲ ਮੈਂ ਕਹਿੰਦਾ ਜਿਹੜੀ ਸਾਜ਼ਿਸ਼ ਹੋਈ ਸਾਡੇ ਖਿਲਾਫ ਮੈਂ ਉਹੀ ਕਹਿ ਰਿਹਾ ਔਰੇ ਨਵੀਂ ਨਹੀਂ ਹੋਈ ਹੈ ਇਹ ਸੌਰੀ ਕਾਮਯਾਬ ਹੋ ਗਈ ਹੈ ਹੋਇਆ ਵੀ ਇਹਨਾਂ ਨੇ ਇੱਥੇ ਕੀਤਾ ਵੀ ਪੰਥ ਨਾਲ ਲੜਿਆ ਨਹੀਂ ਜਾ ਸਕਦਾ ਪੰਥ ਨੂੰ ਆਪਸ ਵਿੱਚ ਹੀ ਲੜਾਇਆ ਜਾ ਸਕਦਾ ਤੁਹਾਡੇ ਸਾਹਮਣੇ ਆਏਗਾ ਕਿ ਕੌਮ ਨੂੰ ਲੀਡਰਲੈਸ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਕਿ ਕੋਈ ਵੀ ਨਾ ਹੋਵੇ ਇਹਨਾਂ ਨੂੰ ਐਦਾਂ ਰੱਖੋ ਵੀ ਕਦੇ ਜੀ ਅੰਮ੍ਰਿਤਪਾਲ ਸਿੰਘ ਦੇ ਮਗਰ ਲੱਜਾਓ ਕਰੇ ਸਿਮਰਜੀਤ ਮਾਨ ਦੇ ਮਗਰ ਲੱਜਾਓ ਹੁਣ ਆਹ ਬੰਦੇ ਖੜੇ ਕਰ ਦਿਓ ਇਹ ਸਾਰਾ ਕੁਝ ਚੱਲ ਰਿਹਾ ਖਤਮ ਕਿੰਨੂੰ ਕਰਨਾ ਸਿਰਫ ਇੱਕ ਪਾਰਟੀ ਪੰਥਕ ਲੀਡਰਸ਼ਿਪ ਵਿੱਚ ਕੋਈ ਖਲਾਅ ਹੈ ਜਿੰਦੇ ਵਿੱਚ ਲੋਕ ਐਕਟਿਵ ਹੈ ਪਰ ਲੀਡਰਸ਼ਿਪ ਐਕਟਿਵ ਨਹੀਂ ਇੱਕ ਪ੍ਰਕਾਸ਼ ਸਿੰਘ ਬਾਦਲ ਚੱਲੇਗਾ ਤਾਂ ਖਲਾ ਇਹ ਤਾਂ ਮਤਲਬ ਬਾਕੀ ਕੋਈ ਇਹ ਆਪਣੇ ਆਪ ਨੂੰ ਮੰਨਦੇ ਵੇ ਸਾਡੇ ਕੋਲ ਹੈ ਹੀ ਕੱਖ ਨਹੀਂ ਪੀਸਾ ਸਾਹਿਬ ਸੀਗੇ ਸੰਭਾਲ ਲੈਂਦੇ ਰਮਪੁਰਾ ਸਾਹਿਬ ਸੀਗੇ ਸੰਭਾਲ ਲੈਂਦੇ ਚੰਦੂ ਮਾਹਰਾ ਸਾਹਿਬਾ ਸੰਭਾਲ ਲੈ ਤੁਹਾਡੀ ਬੈਠਕਾਂ ਦੇ ਵਿੱਚ ਕੀ ਇਹ ਮੰਥਨ ਨਹੀਂ ਹੋਇਆ ਸੀਗਾ ਕਿ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਸਾਨੂੰ ਆਪਣਾ ਕੈਂਡੀਡੇਟ ਬਿਠਾ ਦੇਣਾ ਚਾਹੀਦਾ ਹੈ ਸੋਮਨੀ ਅਕਾਲੀ ਦਲ ਕਦੇ ਵੀ ਕਿਸੇ ਰੈਡੀਕਲ ਵਿਚਾਰਧਾਰਾ ਦੇ ਨਾਲ ਨਹੀਂ ਜਾ ਸਕਦਾ ਇਸ ਕਰਕੇ ਆਪਾਂ ਉੱਥੇ ਕੈਂਡੀਡੇਟ ਖੜੇ ਕਰਾਂਗੇ ਇਹ ਕੋਈ ਸੁਖਵੀਰ ਸਿੰਘ ਬਾਦਲ ਦਾ ਫੈਸਲਾ ਨਹੀਂ ਸੀਗਾ ਸਾਰੇ ਫੈਸਲੇ ਕੋਰ ਕਮੇਟੀ ਕਰਦੀ ਹੈ ਜਿਵੇਂ ਅਮਰਪਾਲ ਸਿੰਘ ਨੂੰ ਰੈਡੀਕਲ ਸੋਚ ਦੇ ਧਾਰਨੀ ਮੰਨਦੇ ਹੋ ਨਹੀਂ ਹੈ ਨੀ ਕਿ ਉਹ ਤਾਂ ਕਹਿੰਦੇ ਆ ਸਰਜੀਤ ਸਿੰਘ ਖਾਲਸਾ ਨੂੰ ਵੀ ਰੈਡੀਕਲ ਉਹ ਯਾਰ ਸਰਜੀਤ ਖਾਲਸਾ ਬਾਰੇ ਅਜੇ ਕਲੈਰਿਟੀ ਨਹੀਂ ਹੈ ਬੰਸਾ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਬੀਜੇਪੀ ਦੇ ਏਜੰਟ ਆਪਰੇਸ਼ਨ ਲੂਟਸ ਕੋਰ ਕੋਈ ਬੀਜੇਪੀ ਨਾਲ ਦਵਾਰ ਖੁੱਲੇ ਨਾ ਰੱਖਿਓ ਤੁਸੀਂ ਇਸ ਕਰਕੇ ਸਭ ਕੁਝ ਕਰਤੋ ਮੈਂ ਤਾਂ ਨਹੀਂ ਕਹਿ ਰਿਹਾ ਕਿ ਬੀਜੇਪੀ ਨਾਲ ਸਲਝਾਪਤਾ ਹੋ ਰਹੀ ਸਕਦਾ ਹੁਣ ਨਹੀਂ ਹੋ ਸਕਦਾ ਜੇ ਤੋ ਸਮਝੌਤਾ ਕੀਤਾ ਸੀ ਅਕਾਲੀ ਦਲ ਨੇ ਬੀਜੇਪੀ ਨਾਲ ਤੱਕੋ ਕਰੇ ਬੈਠ ਕੇ ਨਹੀਂ ਸੀ ਕਰ ਲਿਆ ਸਮਝੌਤਾ ਕਰਕੇ ਪੰਚੀਆਂ ਸਫਾ ਚ ਗਏ ਸੀ ਉਸ ਸਮਝੌਤਾ ਕਰ ਲਿਆ ਤੁਸੀਂ ਮਨਜ਼ੂਰ ਕਰਦੇ ਹੋ ਹੁਣ ਤੁਹਾਨੂੰ ਬਠਿੰਡੇ ਜ਼ਿਲ੍ਹੇ ਦੀ ਪਾਰਟੀ ਕਿਹਾ ਜਾਂਦਾ ਨਹੀਂ ਜੇਸ ਬਠਿੰਡਾ ਵੀ ਹਾਰ ਜਾਂਦੇ ਫਿਰ ਪਾਕਿਸਤਾਨ ਦੀ ਕਹਿੰਦੇ ਜਿਹੜੇ ਡੈਲੀਗੇਟ ਹੁੰਦੇ ਆ ਜਿਹੜੇ ਪ੍ਰਧਾਨ ਦੀ ਚੋਣ ਕਰਦੇ ਉਹ ਤੁਹਾਡੇ ਪੱਖ ਵਿੱਚ ਕਿੰਨੇ ਆ ਤੇ ਜਲੰਧਰ ਵਾਲੇ ਜਿਹੜੀ ਮੀਟਿੰਗ ਹੋਈ ਹੈ ਉਹਨਾਂ ਦੇ ਪੱਖ ਵਿੱਚ ਦਾਅਵਿਆਂ ਚ ਕੀ ਲੈਣਾ ਜੀ ਜੇ ਕਿਸੇ ਨੂੰ ਲੱਗਦਾ ਉਹਨਾਂ ਨੇ ਡੈਲੀਗੇਟ ਜਿਆਦਾ ਤਾਂ ਨਾ ਹੱਕਾ ਪ੍ਰਦਾਨ ਮੰਡਨ ਦਾ ਕਲੈਕਸ਼ਨ ਕਰਾਉਣਾ ਡੈਲੀਗੇਟ 60 40 ਹੈ ਜਾਂ ਨਹੀਂ ਜਾਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਬਹੁਤ ਸਾਰੇ ਸਵਾਲ ਹੈ ਇਸ ਵਕਤ ਉਹ ਲਗਾਤਾਰ ਪੁੱਛੇ ਜਾ ਰਹੇ ਹਨ ਉਹਨਾਂ ਸਵਾਲਾਂ ਦੀ ਲੜੀ ਵਿੱਚ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਐਚਐਸ ਬੈਂਸ ਪ੍ਰਿੰਸੀਪਲ ਐਡਵਾਈਜ਼ਰ ਟੂ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲਹਰਾਂ ਦੇ ਬਹੁਤ ਨੇੜੇ ਤੇ ਸਰਕਾਰ ਦੇ ਵੇਲੇ ਇਹ ਉੱਥੇ ਮੀਡੀਆ ਵੀ ਦੇਖਦੇ ਰਹੇ ਤੇ ਜਦੋਂ ਸਰਕਾਰ ਤੋਂ ਲੈ ਕੇ ਕੋਰ ਕਮੇਟੀਆਂ ਦੀਆਂ ਬੈਠਕਾਂ ਤੱਕ ਸਵਾਲ ਉੱਠਣ ਤਾਂ ਫਿਰ ਐਚਐਸ ਬੈਂਸ ਦਾ ਹੋਣਾ ਇੱਥੇ ਲਾਜ਼ਮੀ ਹੈ ਇਹ ਫ੍ਰੀਲੈਂਸ ਪੱਤਰਕਾਰਤਾ ਵੀ ਕਰਦੇ ਨੇ ਇਹਨਾਂ ਦੇ ਅਕਸਰ ਤੁਸੀਂ ਆਰਟੀਕਲਸ ਕਾਲਮਸ ਦੇਖਦੇ ਰਹਿੰਦੇ ਹੋ ਸਪੋਰਟਸ ਨਾਲ ਬੜਾ ਵਾਹ ਵਾਸਤਾ ਪਰ ਜਿਹੜੀ ਸਪਿਰਟ ਦੀ ਗੱਲ ਸਪੋਰਟਸ ਵਿੱਚ ਹੁੰਦੀ ਆ ਉਹ ਸ਼੍ਰੋਮਣੀ ਕਾਲਦਲ ਵਿੱਚ ਹੋਰ ਇੱਕ ਨਹੀਂ ਹੋ ਰਹੀ ਸਵਾਲ ਹੈ ਪੈਸਾ ਬਹੁਤ ਸਵਾਦ ਅਸਰ ਟੋੜਾ ਬਹੁਤ ਮੈਡਵਾਨੀ ਜੀ ਕੀ ਹਾਲਾ ਤੁਹਾਡਾ ਸੋ ਗੁੱਡ ਸੋ ਫਾਰਸ਼ ਸੋ ਵਾਸ਼ ਸੋ ਗੁੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਗੁੱਡ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕਰੂਰਾ ਇਹ ਕਹਿੰਦਾ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਸੋ ਸ਼੍ਰੋਮਣੀ ਅਕਾਲੀ ਦਲ ਤੇ ਉਹ ਗੱਲ ਲੱਗੂ ਹੁੰਦੀ ਹੈ ਤੇ ਇਹ ਸਾਰਾ ਝਗੜਾ ਨਿਬੇੜ ਦੋ ਇੱਕ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਇਹ ਸਵਾਲ ਹੈ ਨਾ ਤੁਸੀਂ ਤਾਂ ਸਾਰੇ ਸਵਾਲ ਸਲਾਹਕਾਰਾਂ ਤੇ ਉੱਠਦੇ ਪਏ ਆ ਤੇ ਤੁਸੀਂ ਤਾਂ ਸਭ ਤੋਂ ਵੱਡੇ ਸਲਾਹਕਾਰ ਹੋ ਜੇਦੋਂ ਸਲਾਹ ਹੈ ਜੇ ਤਾਂ ਮਸਲਾ ਇੰਨਾ ਹੀ ਸਾਦਾ ਹੋਵੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਹੀ ਮਸਲਾ ਹੋਵੇ ਉਹ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੁਸੀਂ ਇੰਦਾ ਕਰਿਓ ਤੁਹਾਡੇ ਕੋਲ ਜੇ ਮੋਬਾਈਲ ਫੋਨ ਹੈ ਕੋਲ ਰੱਖ ਲਓ ਜਿਹੜੀਆਂ ਮੈਂ ਗੱਲਾਂ ਕਹਾਂਗਾ ਉਹ ਉਹਨਾਂ ਬੰਦਿਆਂ ਨੂੰ ਤੁਸੀਂ ਲਾਈਵ ਪੁੱਛ ਲਿਓ ਬੇਸ਼ੱਕ ਵੀ ਜਿਹੜੇ ਬੰਦੇ ਕ੍ਰਿਟਿਸਾਈਜ਼ ਕਰ ਰਹੇ ਨੇ ਮੋਬਾਈਲ ਹੈ ਮੇਰੇ ਕੋਲੇ ਤਾਂ ਤੁਸੀਂ ਜਵਾਬ ਦੇਵੋਗੇ ਸਰ ਉਹਨਾਂ ਦੇ ਉਹਨਾਂ ਤੋਂ ਜਵਾਬ ਅਸੀਂ ਲੈ ਲਾਂਗੇ ਲੈ ਲੈਣਾ ਕੋਈ ਗੱਲ ਨਹੀਂ ਆਲ ਵੈਲਕਮ ਡਾਟ ਮੈਨੂੰ ਖੁਸ਼ੀ ਹੋਏਗੀ ਜੀ ਤੇ ਇਹ ਮਸਲਾ ਤਾਂ ਫਿਰ ਬਹੁਤ ਸੌਖਾ ਹੱਲ ਹੋ ਸਕਦਾ ਸੀਗਾ ਕਿਉਂਕਿ ਜਿੰਨੀਆਂ ਵੀ ਮੀਟਿੰਗਾਂ ਅਜ ਤੱਕ ਹੋਈਆਂ ਆ ਰੀਸੈਂਟ ਡੇਸ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਜਾਂ ਪਿਛਲੇ ਵਕਤ ਦੀ ਮੀਟਿੰਗ ਰਚੀ ਉਹ ਸ਼ੁਰੂ ਇਹਦਾ ਹੁੰਦੀਆਂ ਨਹੀਂ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਨੇ ਪਹਿਲਾਂ ਸ਼ੁਰੂਆਤ ਇੱਕ ਆ ਮੀਟਿੰਗ ਦੇ ਕਿ ਸਭ ਤੋਂ ਪਹਿਲਾਂ ਆਪਾਂ ਡਿਸਾਈਡ ਕਰ ਲਈਏ ਕਿ ਕੀ ਆਪਾਂ ਨੂੰ ਲੀਡਰ ਬਦਲਣ ਦੀ ਲੋੜ ਹੈ ਜੇ ਹੈ ਤਾਂ ਮੈਂ ਹੁਣੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਜਿਹਨੂੰ ਵੀ ਲੀਡਰ ਬਣਾਉਣਾ ਚਾਹੁੰਦੇ ਆ ਉਹਨੂੰ ਬਣਾ ਲਓ ਮੈਂ ਜਿਸ ਸ਼ਿੱਦਤ ਔਰ ਜਿਸ ਜੋਸ਼ ਨਾਲ ਹੁਣ ਕੰਮ ਕਰ ਰਿਹਾ ਹਾਂ ਐਤੋਂ ਵੀ ਦੁੱਗਣਾ ਕੰਮ ਕਰਾਂਗਾ ਜ ਜਿੰਨਾ ਮੇਤੋਂ ਵੱਧ ਹੋ ਸਕੇ ਓਨਾ ਕਰਾਂਗਾ ਸੋ ਜੇ ਤੁਸੀਂ ਚਾਹਦੇ ਹੋ ਕਿ ਲੀਡਰ ਕੋਈ ਹੋਰ ਹੋਣਾ ਚਾਹੀਦਾ ਤਾਂ ਫਿਰ ਕਿਰਪਾ ਕਰਕੇ ਅਖਬਾਰਾਂ ਦੇ ਵਿੱਚ ਸੋਰਸਸ ਰਹੀਂ ਸੂਤਰਾ ਰਹੀਂ ਜਾਂ ਇਧਰੋਂ ਜਾਂ ਉਧਰੋਂ ਨਾ ਕਰੋ ਪਾਰਟੀ 'ਚ ਬੈਠੇ ਆ ਤੁਹਾਡਾ ਹੱਕ ਹੈ ਜਿਹੜਾ ਤੁਸੀਂ ਚਾਹੋ ਤੁਹਾਡਾ ਪ੍ਰਦਾਨ ਹੋ ਸਕਦਾ ਤਾਂ ਇਹ ਹਰੇਕ ਮੀਟਿੰਗ ਇਦਾਂ ਸ਼ੁਰੂ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਛੱਡ ਦਿੰਨਾ ਜਿਹਨੂੰ ਤੁਸੀਂ ਬਣਾਉਣਾ ਚਾਹੁੰਦੇ ਬਣਾ ਲਓ ਇਹ ਗੱਲ ਤੁਸੀਂ ਵੈਰੀਫਾਈ ਕਰ ਸਕਦੇ ਹੋ ਇਹਦੇ ਪੱਧਰ ਤੇ ਨਹੀਂ ਕੀ ਕੀ ਸੀ ਜਾਂ ਅਸਤੀਫਾ ਜੇਬ ਤੇ ਲੈ ਕੇ ਆਏ ਸੀ ਵੀ ਆ ਚੱਕੋ ਭਾਈ ਮੈਂ ਅਰਜ਼ੀ ਰੈਜ਼ੀਗਨੇਸ਼ਨ ਦੇ ਰਿਹਾ ਦੇਖੋ ਅਸਤੀਫਾ ਤਾਂ ਹੀ ਦਿੱਤਾ ਜਾਊਗਾ ਜੇ ਉਹ ਕਹਿਣਗੇ ਜੇ ਮੈਂ ਕਹਿ ਰਿਹਾ ਤੁਹਾਨੂੰ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਥੇ ਕਹਿ ਰਿਹਾ ਮੈਂ ਅੰਕੇ ਤੋਂ ਤੁਹਾਡੇ ਕੋਲ ਨਹੀਂ ਆਉਂਗਾ ਤਾਂ ਮੈਂ ਲਿਖ ਕੇ ਤੁਹਾਡੇ ਲੈ ਕੇ ਆਉਂਗਾ ਜੇ ਮੈਂ ਤੁਹਾਨੂੰ ਕਹਾਂਗਾ ਤੁਸੀਂ ਕਹਿ ਦਿਓ ਮੈਂ ਨਹੀਂ ਆਉਂਗਾ ਨਹੀਂ ਆਉਂਗਾ ਨਹੀਂ ਨੈਤਿਕਤਾ ਤੇ ਕਹਿੰਦੀਆਂ ਸੀ 17 19 22 24 ਲਗਾਤਾਰ ਹਾਰਾਂ ਹੋਈਆਂ ਉਹ ਜਿਹੜਾ ਤੁਹਾਡਾ ਆਪੋਜੀਸ਼ਨ ਵਾਲਾ ਥੜਾ ਜਾਂ ਤੁਸੀਂ ਕਰੋ ਤੁਹਾਡੇ ਪੁਰਾਣੇ ਸਾਥੀ ਉਹ ਤਾਂ ਲਗਾਤਾਰ ਡਿਮਾਂ ਹਾਂ ਹੁਣ ਕਰ ਰਿਹਾ ਲਗਾਤਾਰ ਕਰ ਰਹੇ ਹੁੰਦੇ ਤਾਂ ਤੁਹਾਨੂੰ ਮੈਂ ਬੇਨਤੀ ਕਰਾਂ ਧਿਆਨ ਨਾਲ ਜਰਾ ਪਲੀਜ਼ ਇਸ ਗੱਲ ਸੁਣ ਲਿਓ ਜੀ ਜੇ ਲਗਾਤਾਰ ਪ੍ਰਧਾਨਗੀ ਦਾ ਹੀ ਇਸ਼ੂ ਹੁੰਦਾ ਕਿ ਸਾਨੂੰ ਇਹਨਾਂ ਦੀ ਲੀਡਰਸ਼ਿਪ ਨਹੀਂ ਚਾਹੀਦੀ ਤਾਂ ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਬ੍ਰਹਮਪੁਰਾ ਸਾਹਿਬ ਸਾਡੀ ਪਾਰਟੀ ਛੱਡ ਗਏ ਸੀ ਟੀਨਸਾ ਸਾਹਿਬ ਵੀ ਛੱਡ ਗਏ ਸੀ ਇੱਕ ਤੀਸਰੇ ਸੇਖਵਾ ਸਾਹਿਬ ਹੁੰਦੇ ਉਹ ਦੁਨੀਆ 'ਚ ਨਹੀਂ ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਨਿਵਾਸ ਪਰ ਬਖਸ਼ੇ ਤੋਂ ਉਤੋਂ ਬਾਅਦ ਫਿਰ ਬ੍ਰਹਮਪੁਰਾ ਸਾਹਿਬ ਵੀ ਵਾਪਸ ਆ ਕੇ ਕਹਿ ਗਏ ਕਿ ਸੁਖਵੀਰ ਦੀ ਲੀਡਰਸ਼ਿਪ ਤੇ ਸਾਨੂੰ ਕੋਈ ਇਸ਼ੂ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਹੀ ਇਜ਼ ਅ ਗ੍ਰੇਟ ਲੀਡਰ ਆ ਵਰਡਸ ਹੀ ਉਹਨਾਂ ਦੇ ਤੁਸੀਂ ਮੇਰੇ ਖਰਸ਼ਾ ਪ੍ਰੈਸ ਕਾਨਫਰੰਸ ਨਾ ਜਾਏ ਕਿ ਨਹੀਂ ਆਏ ਉਹਨਾਂ ਨੇ ਇਹ ਵਰਡ ਯੂਜ਼ ਕੀਤਾ ਹੈਗਾ ਕਿ ਹੀ ਇਜ਼ ਅ ਗ੍ਰੇਟ ਲੀਡਰ ਟੀਨਸਾ ਸਾਹਿਬ ਦਾ ਹੁਣ ਤੁਸੀਂ ਉਹ ਤਾਂ ਦੇਖਿਆ ਹੀ ਆ ਹੁਣ ਪਿੱਛੇ ਪਹਿਲਾਂ ਛੱਡ ਗਏ ਛੱਡ ਕੇ ਉਹਨਾਂ ਨੇ ਸੰਯੁਕਤ ਕਾਲੀ ਦਲ ਵੀ ਬਣਾ ਲਿਆ ਫਿਰ ਉਸ ਤੋਂ ਬਾਅਦ ਬੜੀਆਂ ਖਬਰਾਂ ਖਬਰਾਂ ਆਉਂਦੀਆਂ ਨਹੀਂਆਂ ਕਿੰਨੀਆਂ ਸੱਚੀਆਂ ਕਿੰਨੀਆਂ ਨਹੀਂ ਉਹ ਤੁਸੀਂ ਪੱਤਰਕਾਰੋਂ ਮਿੱਤੋ ਜਾੜਾ ਜਾਣਦੇ ਹੋ ਕਿ ਬੀਜੇਪੀ ਨਾਲ ਇਹਨਾਂ ਦੀ ਕਿੰਨੀ ਡੇਟ ਤੱਕ ਰਹੀ ਰਹੀ ਕੋਈ ਗੱਲ ਨਹੀਂ ਉਹ ਕੋਈ ਹਰਜ ਨਹੀਂ ਆ ਰ ਲੇਕਿਨ ਜਦੋਂ ਇਹਨਾਂ ਨੇ ਫਿਰ ਦੁਬਾਰਾ ਪਾਰਟੀ ਚ ਆਏ ਸਭ ਤੋਂ ਪਹਿਲੀ ਇਹ ਗੱਲ ਕਹੀ ਕਿ ਮੈਂ ਤਾਂ ਕਦੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਕੁਐਸਚਨ ਹੀ ਨਹੀਂ ਕੀਤਾ ਇਹ ਸਾਰਾ ਤੁਹਾਡੇ ਕੋਲ ਰਿਕਾਰਡਸ ਪਿਆ ਹੋਏਗਾ ਕਿਉਂਕਿ ਉਸ ਵੀਡੀਓ ਉੱਤੇ ਆਇਆ ਹੋਇਆ ਸਾਰਾ ਫਿਰ ਇਹਨਾਂ ਨੂੰ ਉੱਥੇ ਸਵਾਲ ਕੀਤਾ ਗਿਆ ਉਹਨਾਂ ਦੀ ਕੋਠੀ ਹੀ ਸੁਖਵੀਰ ਸਿੰਘ ਟਿੰਸਾ ਦੀ ਕੋਠੀ 'ਚ ਪ੍ਰੈਸ ਕਾਨਫਰੰਸ ਹੋਈ ਉੱਥੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਸਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੁਸੀਂ ਅੱਜ ਥੱਲੇ ਆ ਰਹੇ ਹੋ ਪਾਰਟੀ 'ਚ ਆ ਰਹੇ ਹੋ ਵਾਪਸ ਕੱਲ ਤੱਕ ਤੁਸੀਂ ਕਹਿ ਰਹੇ ਸੀ ਕਿ ਲੀਡਰ ਜਦ ਤੱਕ ਇਹ ਨਹੀਂ ਬਦਲਦਾ ਉਦੋਂ ਤੱਕ ਨਹੀਂ ਉਹ ਕਹਿੰਦੇ ਨਹੀਂ ਉਹ ਮੈਨੂੰ ਮਿਸ ਅੰਡਰਸਟੈਂਡ ਕੀਤਾ ਗਿਆ ਇਹਨਾਂ ਦੀ ਲੀਡਰਸ਼ਿਪ ਦੀ ਕੋਈ ਪ੍ਰੋਬਲਮ ਨਹੀਂ ਮੈਨੂੰ ਕੁਝ ਫੈਸਲਿਆਂ ਤੇ ਇਤਰਾਜ਼ ਸੀ ਉਹ ਅਸੀਂ ਬੈਠ ਕੇ ਸੌਟ ਆਊਟ ਕਰ ਲਾਂਗੇ ਸਮਝ ਗਏ ਲੀਡਰਸ਼ਿਪ ਵਾਲੀ ਗੱਲ ਉੱਥੇ ਵੀ ਉਹਨਾਂ ਨੇ ਕਹਤਾ ਨਹੀਂ ਹੈ ਤੁਸੀਂ ਕਹਿ ਰਹੇ ਹੋ 17 17 ਤੋਂ ਬਾਅਦ 22 22 ਤੋਂ ਬਾਅਦ ਹੁਣ 17 19 22 24 ਹਾਂ ਅੱਜ ਤੱਕ ਇਹਨਾਂ ਵਿੱਚੋਂ ਕਿਸੇ ਨੇ ਕਦੇ ਵੀ ਪਾਰਟੀ ਪਲੇਟਫਾਰਮ ਤੇ ਜਾਵਾਰ ਪਾਰਟੀ ਦੇ ਅੰਦਰ ਹੁੰਦੇ ਹੋਏ ਜਿਹੜੇ ਜਿਨ੍ਹਾਂ ਨੇ ਕੀਤਾ ਸੀ ਉਹ ਪਾਰਟੀ ਛੱਡ ਕੇ ਚਲੇ ਗਏ ਸੀ ਫੋਰ ਐਗਜ਼ਾਮਪਲ ਟੀ ਸਾਹਿਬ ਫੋਰ ਐਗਜ਼ਾਮਪਲ ਬ੍ਰह्मਪੁਰਾ ਸਾਹਿਬ ਲੇਕਿਨ ਫਿਰ ਵਾਪਸ ਆ ਕੇ ਲੀਡਰਸ਼ਿਪ ਐਕਸੈਪਟ ਵੀ ਕਰ ਲਈ ਸੀ ਇਹ ਵੀ ਕਹਤਾ ਇਨੇ ਇਸ ਤੱਕ ਕੋਈ ਕੁਐਸਚਨ ਹੀ ਨਹੀਂ ਕੀਤਾ ਜਿਹੜੇ ਬਾਕੀ ਰਹੇ ਆ ਤਰੀਕ ਜਿਹੜੀ ਹੁਣ ਜਿੰਨੀ ਵੀ ਸੀਗੀ ਜਿਸ ਦਿਨ ਕੋਰ ਕਮੇਟੀ ਦੀ ਮੀਟਿੰਗ ਹੋਈ ਉਹ ਤੋਂ ਬਾਅਦ ਨੈਕਸਟ ਡੇ ਤੱਕ ਕਿਸੇ ਨੇ ਕੁਦਰ ਨਹੀਂ ਕਿਹਾ ਇਸ ਲੀਡਰਸ਼ਿਪ ਤੁਸੀਂ ਸਾਰੀਆਂ ਕੋਰ ਕਮੇਟੀਆਂ ਦੀਆਂ ਬੈਠਕਾਂ ਵਿੱਚ ਸ਼ਾਮਲ ਹੋਏ ਮੈਂ ਗੱਲ ਪੂਰੀ ਕਰਦਾ ਮੈਂ ਉਸ ਉਸੇ ਹਵਾਲਾ ਨਾ ਜਾਣਾ ਚਾਹੁੰਦਾ ਸਤੁਰ ਤੋਂ ਉਹਨਾਂ ਬੈਠਕਾਂ ਵਿੱਚ ਕ ਮੈਂ ਕਹਿੰਦਾ ਉਹ ਜ਼ਿਕਰ ਹੋਇਆ ਸਗੋਂ ਸੁਖਵੀਰ ਸਿੰਘ ਬਾਦਲ ਵੱਲੋਂ ਹੋਇਆ। ਔਰ ਮੈਂ ਤੁਹਾਨੂੰ ਨਾਂ ਲੈ ਕੇ ਦੱਸ ਦਿੰਦਾ ਕਿ ਕਿਹੜਾ ਕਿਹੜਾ ਕੀ ਜਵਾਬ ਸੀ ਉਹ ਤੁਸੀਂ ਕਰਾਸ ਚੈੱਕ ਕਰ ਲਿਓ। ਬਡਾਲਾ ਸਾਹਿਬ ਬੀਬੀ ਜਕੀਰ ਕੌਰ ਇਹ ਸਭ ਤੋਂ ਵੱਡੇ ਕ੍ਰਿਟਿਕ ਮੰਨੇ ਕ੍ਰਿਟਿਕ ਨਹੀਂ ਮੈਂ ਕਹਿ ਸਕਦਾ ਸੁਝਾਅ ਦੇਣ ਵਾਲੇ ਬੰਦੇ। ਕ੍ਰਿਟਿਕ ਵੀ ਕਹਿ ਲਓ ਚਲੋ ਠੀਕ ਹੈ। ਕਿ ਜੋ ਕਹਿੰਦੇ ਸੀ ਆ ਗੱਲ ਠੀਕ ਨਹੀਂ ਆ ਗੱਲ ਠੀਕ ਨਹੀਂ। ਬਡਾਲਾ ਸਾਹਿਬ ਜਿਹੜੇ ਇਸ ਦਾ ਕੁਲਦੀਪ ਸਿੰਘ ਬਡਾਲਾ ਦੇ ਬੇਟੇ ਰਸਤਾ ਕੁਲਦੀਪ ਸਿੰਘ ਬਡਾਲਾ ਬਹੁਤ ਸਤਿਕਾਰਯੋਗ ਲੀਡਰ ਮੇਰੇ ਨਾਲ ਉਹ ਨੇੜਤਾ ਰੱਖੀ ਉਹਨਾਂ ਦੀ। ਜਿਵੇਂ ਮੇਰੀ ਉਹਨਾਂ ਨਾਲ ਕਿਉਂਕ ਅਡੀ ਲਾਸਟ ਮੀਟਿੰਗ ਵੀ ਹੋਈ ਐ ਇਹਦੇ ਵਿੱਚ ਵੀ ਬਡਾਲਾ ਸਾਹਿਬ ਨੇ ਮੇਰੇ ਨਾਲ ਹੀ ਬੈਠੇ ਸੀਗੇ ਉੱਠ ਕੇ ਖੜੇ ਹੋ ਕੇ ਉਹਨਾਂ ਨੇ ਕਈਆਂ ਗੱਲਾਂ ਤੇ ਕਿਹਾ ਵੀ ਸਾਨੂੰ ਆ ਕਰਨ ਦੀ ਲੋੜ ਆ ਸਾਨੂੰ ਆ ਕਰਨ ਦੀ ਲੋੜ ਆ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਲੋੜ ਆ ਝੁੰਡਾ ਕਮੇਟੀ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿ ਉਹਨੂੰ ਲਾਗੂ ਕੀਤਾ ਜਾਣਾ ਚਾਹੀਦਾ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਹੋਰ ਸਪਰਸ਼ਾ ਨੇ ਦਾ 1 ਫੈਮਿਲੀ 1 ਟਿਕਟ ਕਿਸੇ ਵੀ ਪੋਸਟ ਵਾਸਤੇ ਇਹ ਵੋਏ ਆਪਾਨੂੰਨ ਪਬਲੀਕਲੀ ਕਰਨਾ ਕਹਿਦਾ ਹਾਲਾਕਿ ਉਹ ਡਾਕਟਰ ਹੋ ਚੁੱਕੇ ਹਨ ਲੇਕਿਨ ਜਦੋਂ ਸਕਵੀਰ ਸਿੰਘ ਬਾਦਲ ਨੇ ਪਹਿਲਾਂ ਸ਼ੁਰੂ ਚ ਕੀਤਾ ਸੀ ਨਾ ਕਿਆ ਸੀ ਕਿ ਮੈਂ ਤੁਹਾਨੂੰ ਦੱਸਿਆ ਨਾ ਉਹਨਾਂ ਨੇ ਸ਼ੁਰੂ ਚ ਕਿਹਾ ਸੀਗਾ ਕਿ ਜੇ ਲੀਡਰ ਆਪਾਂ ਬਦਲਣਾ ਤਾਂ ਮੈਂ ਹੁਣੇ ਆਪਾਂ ਕਲੀਅਰ ਕਰ ਲਈਏ ਫਿਰ ਪ੍ਰਧਾਨਗੀ ਉਹਦੀ ਪ੍ਰਧਾਨਗੀ ਚ ਇਹ ਮੀਟਿੰਗ ਕਰੀਏ ਤੇ ਮੈਂ ਨਾਲ ਆ ਤਾਂ ਉਹਨਾਂ ਨੇ ਇਸ ਗੱਲ ਨੂੰ ਵੀ ਜ਼ਿਕਰ ਕੀਤਾ ਕਿ ਤੁਸੀਂ ਪ੍ਰਧਾਨ ਸਾਹਿਬ बार-बार ਇਹ ਕਿਉਂ ਕਹਿੰਦੇ ਤੁਸੀਂ ਵੈਰੀਫਾਈ ਕਰ ਲਿਓ ਮੈਂ ਜੋ ਕਹਿ ਰਿਹਾ ਕਿ ਤੁਸੀਂ ਇਸ਼ੂਸ دار ਸਕਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦਾ ਨਹੀਂ ਉਹਨਾਂ ਨੇ ਕਿਹਾ ਝੁੰਡਾ ਕਮੇਟੀ ਸਕਵੀਰ ਸਿੰਘ ਬਾਦਲ ਦਾ ਜ਼ਿਕਰ ਨਹੀਂ ਕਰ ਰਹੀ ਬਲਕਿ ਉਹ ਕਹਿ ਰਿਹਾ ਕਿ ਲੀਡਰਸ਼ਿਪ ਦੇ ਉੱਤੇ ਕ੍ਰੈਡੀਬਿਲਟੀ ਕ੍ਰਾਈਸਿਸ ਹੈ ਸੋ ਉਸ ਜਾਰੇ ਅਸੀਂ ਆਣੇ ਆ ਮੈਂ ਵੀ ਆਣਾ ਉਹਨੇ ਕਿਹਾ ਮੈਂ ਵੀ ਆਣਾ ਆ ਸਾਰੇ ਅਸੀਂ ਆਣੇ ਆ ਅਸੀਂ ਇਹਦੀ ਗੱਲ ਕਰਦੇ ਆ ਤੁਸੀਂ ਪ੍ਰਧਾਨ ਸਾਹਿਬ ਤੁਸੀਂ ਆਪਣੇ ਤੇ ਗੱਲ ਨਾਲ ਲਿਆ ਕਰੋ ਇਹ ਆ ਲਾਸਟ ਮੀਟਿੰਗ ਦੀ ਗੱਲ ਕਰ ਰਿਹਾ ਮੈਂ ਬੀਬੀ ਜਗੀਰ ਕੌਰ ਜੀ ਨੇ ਇੱਕੋ ਇਤਰਾਜ਼ ਕੀਤਾ ਸਿਰਫ ਕਿ ਕੈਰੋ ਸਾਹਿਬ ਨੂੰ ਪਾਰਟੀ ਚੁੱਕਿਆ ਪੰਡਿਆ ਉਹਨਾਂ ਨੇ ਵੀ ਅਖੀਰ ਚ ਇਹ ਕਿਹਾ ਕਿ ਸਾਡੀਆਂ ਗੱਲਾਂ ਨੂੰ ਸਮਝੋ ਅਸੀਂ ਤੁਹਾਡੀ ਲੀਡਰਸ਼ਿਪ ਨੂੰ ਕੁਐਸਚਨ ਨਹੀਂ ਕਰ ਰਹੇ ਇਹ ਤੁਸੀਂ ਬੀਬੀ ਜਗੀਰ ਕੌਰ ਨੂੰ ਪੁੱਛ ਲਓ ਕਿਦਾਂ ਹੋਇਆ ਕਿ ਨਹੀਂ ਹੋਇਆ ਉਹ ਧਾਰਮਿਕ ਬੰਦੇ ਨੇ ਝੂਠ ਨਹੀਂ ਬੋਲਣਗੇ ਮੇਰੇ ਹਿਸਾਬ ਨਾਲ ਬੀਬੀ ਜਗੀਰ ਕੌਰ ਜੀ ਇੱਕ ਡੇਡੇ ਦੇ ਮੁਖੀ ਨਹੀਂ ਧਾਰਮਿਕ ਨਹੀਂ ਸ਼ਖਸੀਅਤ ਨੇ ਮੇਰਾ ਤਾਂ ਉਹਨਾਂ ਨੂੰ ਮੈਂ ਉਹਨਾਂ 'ਤੇ ਇੰਜੀ ਕਰਨਾ ਮੈਨੂੰ ਪੂਰਾ ਯਕੀਨ ਆ ਕਿ ਝੂਠ ਨਹੀਂ ਬੋਲਣਗੇ ਤੇ ਉਹਨਾਂ ਨੇ ਬਿਲਕੁਲ ਜ਼ਿਕਰ ਇਹ ਉਹਨਾਂ ਨੇ ਸਟਰੋਂਗਲੀ ਕਿਹਾ ਕਿ ਕੈਰੋਂ ਸਾਹਿਬ ਨੂੰ ਕਿਉਂ ਪਾਰਟੀ ਚ ਗੜਿਆ ਉਹਦਾ ਜਵਾਬ ਸੁਖਵੀਰ ਹੁਣਾਂ ਨੇ ਦਿੱਤਾ ਉਹ ਇੱਕ ਅਲੱਗ ਗੱਲ ਆ ਉਹਨਾਂ ਨੇ ਕਿਹਾ ਕਿ ਦੇਖੋ ਮੇਰੇ ਲਈ ਤਾਂ ਸਭ ਤੋਂ ਔਖਾ ਡਿਸੀਜਨ ਹੈ ਅਸੀਂ ਮੇਰੀ ਕੋ ਇੱਕ ਭੈਣ ਮੇਰੇ ਮਾਂ ਬਾਪ ਨਹੀਂ ਕੋਈ ਹੋਰ ਨਹੀਂ ਮੇਰੇ ਬੱਚਾ ਦਾ ਕੋਈ ਮੇਰੇ ਕੋਈ ਪ੍ਰੋਬਲਮ ਆਵੇ ਤਾਂ ਆਪਣੀ ਭੈਣ ਕੋਲ ਜਾ ਕੇ ਡਿਸਕਸ ਕਰ ਲਵਾਂ ਤੁਹਾਡੀ ਗੱਲ ਪੂਰੀ ਹੋ ਗਈ ਬੰਦਾ ਜੀ ਇੱਕ ਕਲੈਰੀਫਿਕੇਸ਼ਨ ਦੇ ਦਿਓ ਜੀ ਅ ਮਿਸਟਰ ਚੁੰਦਾ ਤੋਂ ਪਹਿਲਾਂ ਕਿ ਗੁਰਪ੍ਰਤਾਪ ਸਿੰਘ ਵਡਾਲਾ ਦਾ ਨਾਮ ਸੀਗਾ ਚੇਅਰਪਰਸਨ ਦੇ ਵਜੋਂ ਕੱਲ ਚੇਅਰਪਰਸਨ ਜਿਹੜੀ ਚੁੰਦਾ ਕਮੇਟੀ ਬਣੀ ਆ ਉਸ ਤੋਂ ਪਹਿਲਾਂ ਕਿ ਮਿਸਟਰ ਪਟਾਲਾ ਦਾ ਨਾਮ ਸੀ ਮੇਰੇ ਖਿਆਲ ਚ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਜਿੱਥੇ ਤੱਕ ਮੈਨੂੰ ਯਾਦ ਆਵੇ ਕਿ ਉਹ ਮੈਂ ਕਮੇਟੀ ਦੀਆਂ ਮੀਟਿੰਗਾਂ ਸਾਰੀਆਂ ਅਟੈਂਡ ਕੀਤੀਆਂ ਨੇ ਇਹ ਕਮੇਟੀ ਦੀ ਮੀਟਿੰਗ ਕਮੇਟੀ ਦੇ ਉਹ ਜਿਹੜੀ ਕਮੇਟੀ ਬਣਾਈ ਗਈ ਸੀ ਉਹਦੇ ਕੁਝ ਹੋਰ ਮੈਂਬਰ ਸਾਹਿਬਾਨ ਵੀ ਸੀਗੇ ਜੀ ਮੈਂ ਡਾਲਾ ਸਾਹਿਬ ਵੀ ਸ਼ਿਰਕਤ ਸੀਗੇ ਇਹਾਲੀ ਸਾਹਿਬ ਵੀ ਸੀਗੇ ਜਾਂ ਹੋਰ ਕੁਝ ਲੀਡਰ ਸਾਹਿਬਾਨ ਹੋਰ ਵੀ ਸੀਗੇ ਜਿਨ੍ਹਾਂ ਨੇ ਸਾਰੇ ਪੰਜਾਬ ਦੌਰਾਨ ਕੀਤਾ ਚੇਅਰਮੈਨੀ ਬਾਰੇ ਮੇਰੇ ਤੱਕ ਖਿਆਲ ਚ ਇਦਾਂ ਦੀ ਕੋਈ ਗੱਲ ਨਹੀਂ ਸੀ ਪਈ ਚੁੰਡਾ ਸਾਹਿਬ ਦੀ ਚੇਅਰਮੈਨੀ ਬਾਰੇ ਤਾਂ ਕੋਈ ਇਸ਼ੂ ਕਦੇ ਨਹੀਂ ਹੋਇਆ ਪਟਾਲਾ ਸਾਹਿਬ ਦਾ ਨਾਮ ਪ੍ਰਪੋਜ਼ ਇਹ ਤਾਂ ਕਦੇ ਸੁਣੀ ਵੀ ਨਹੀਂ ਗੱਲ ਸਿੱਧਾ ਨਾਮ ਕਿੰਨੇ ਰეკਮੈਂਡ ਕੀਤਾ ਸੀ ਝੁੰਦਾ ਸਾਹਿਬ ਦਾ ਵੀ ਝੁੰਦਾ ਸਾਹਿਬ ਹੈਡ ਕਰਨ ਦਾ ਨਹੀਂ ਹੁਣ ਇਦਾਂ ਨਹੀਂ ਮੈਨੂੰ ਯਾਦ ਕਿੰਨੇ ਰეკਮੈਂਡ ਕੀਤਾ ਸੀ ਉਹ ਤੇ ਮਤਲਬ ਸਾਰੇ ਮੈਂਬਰ ਸਾਹਿਬ ਪ੍ਰਧਾਨ ਸਾਹਿਬ ਨੇ ਨਹੀਂ ਸੀ ਕੀਤਾ ਇਹ ਮੈਂ ਕਲੀਅਰ ਕਹਿ ਸਕਦਾ ਪ੍ਰਧਾਨ ਸਾਹਿਬ ਨੇ ਨਾਮ ਵੀ ਨਹੀਂ ਬਦਲਿਆ ਵੀ ਕੋਣ ਰਹੂਗਾ ਹੈਡ ਮੈਂ ਤੁਹਾਨੂੰ ਕਹਿ ਰਿਹਾ ਉਹਨਾਂ ਦਾ ਰੋਲ ਹੀ ਨਹੀਂ ਇਹਦੇ ਵਿੱਚ ਇਹਦਾ ਕੋਰ ਕਮੇਟੀ ਦੇ ਵਿੱਚ ਡਿਸੀਜਨ ਹੋਇਆ ਸੀ ਖੁੱਲ੍ਹਿਆਂ ਇਹ ਤੁਹਾਨੂੰ ਹੋਰ ਦੱਸਦਾ ਮੈਂ ਚਲੋ ਇਹ ਤੋਂ ਇਹ ਗੱਲ ਵੀ ਹੋ ਗਈ ਇਹ ਤੋਂ ਮੈਂ ਅੱਗੇ ਵੀ ਗੱਲ ਤੁਹਾਨੂੰ ਦੱਸਦਾ ਕੋਰ ਕਮੇਟੀ ਦਾ ਕੋਈ ਇੱਕ ਫੈਸਲਾ ਜੇ ਪ੍ਰਧਾਨ ਸਾਹਿਬ ਨੇ ਬਦਲਿਆ ਹੋਵੇ ਤਾਂ ਦੱਸਤਾ ਜਾਵੇ ਕਿਹੜਾ ਬਦਲਿਆ ਠੀਕ ਹੈ ਨਾ ਉਹਦਾ ਮੈਂ ਜਵਾਬ ਦੇ ਦਾਂਗਾ ਜੇ ਬਦਲਿਆ ਹੁੰਦਾ ਕੋਈ ਵੀ ਤੇ ਤੁਹਾਡੇ ਖਿਆਲ ਚ ਅੱਜ ਤੱਕ ਚੁੱਪ ਰਹਿੰਦੇ ਸਾਰੇ ਜਣੇ ਅੱਛਾ ਜੇ ਬਦਲਿਆ ਹੁੰਦਾ ਤਾਂ ਤੁਹਾਡੇ ਖਿਆਲ ਪੇ ਬਟਾਲਾ ਸਾਹਿਬ ਕੋਆਪਰੇਟ ਕਰਦੇ ਜਾਂ ਉਹ ਗੱਲ ਨਾ ਕਰਦੇ ਜਾਂ ਕੋ ਉਹਨਾਂ ਦਾ ਹੋਰ ਬੰਦਾ ਗੱਲ ਨਾ ਕਰਦਾ ਜਾਂ ਸਾਡੇ ਵਿਰੋਧੀ ਗੱਲ ਨਾ ਕਰਦੇ ਆ ਪਹਿਲੀ ਵਾਰੀ ਗੱਲ ਸੁਣ ਰਿਹਾ ਮੈਂ ਇਹ ਚਲ ਇੱਕ ਛੋੜਾ ਬ੍ਰੇਕ ਲੱਗੇ ਬਾਅਦ ਵਿੱਚ ਜੀ ਬ੍ਰੇਕ ਤੋਂ ਵਾਪਸ ਆ ਕੇ ਭੈਣ ਸਾਹਿਬ ਤੋਂ ਉਹ ਸਾਰੇ ਸਵਾਲ ਹੋਣਗੇ ਜਿਹੜੇ ਤੁਹਾਡੇ ਜ਼ਹਿਨ ਦੇ ਵਿੱਚ ਵਾਪਸ ਆ ਰਹੇ ਇੱਕ ਹੋਰ ਵਾਰ ਤੁਹਾਡਾ ਸਵਾਗਤ ਕਰਦੇ ਆ। ਐਚਐਸ ਬੈਂਸ ਸਾਡੇ ਨਾਲ ਨੇ ਬੈਂਸ ਸਾਹਿਬ। ਬੈਂਸ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜੇ ਤੁਸੀਂ ਪ੍ਰोसीਜਰਲ ਮਾਫੀ ਮੰਗੀ ਹੁੰਦੀ ਤਾਂ ਅੱਜ ਸ਼ਾਇਦ ਇਹ ਰਫੜ ਨਾ ਪੈਂਦਾ। ਕੀ ਸਿਰਫ ਇੱਥੋਂ ਤੱਕ ਹੀ ਗੱਲ ਹੈ ਜਾਂ ਕੁਝ ਹੋਰ ਵੀ ਹੈ? ਪਹਿਲਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਮੈਂ ਕਲੀਅਰ ਕਰ ਦਵਾਂ। ਸ਼੍ਰੀ ਅਕਾਲ ਤਖਤ ਸਾਹਿਬ ਇੱਕ ਅਸੀ ਸੰਸਥਾ ਹੈ। ਜਿਹਨੂੰ ਕੋਈ ਵੀ ਸਿੱਖ ਕੋਈ ਵੀ ਸਿੱਖ ਜਿਹੜਾ ਆਪਣੇ ਅਨੁਸਾਰ ਕਹਿੰਦਾ ਉਹ ਕਦੇ ਵੀ ਅਕਸ਼ਰ ਕਾਲ ਤਖਸਾਲ ਦੇ ਕਿਸੇ ਵੀ ਫੈਸਲੇ ਦੇ ਖਿਲਾਫ ਅੱਖਰ ਵੀ ਨਹੀਂ ਬੋਲ ਸਕਦਾ ਅਕਾਲ ਤਖਸਾਲ ਤੋਂ ਜਿਹੜਾ ਵੀ ਹੁਕਮ ਆਏਗਾ ਉਹ ਹਰ ਇੱਕ ਸਿੱਖ ਤੇ ਲਾਗੂ ਹੁੰਦਾ ਹ ਹੁਣ ਤੁਸੀਂ ਗੱਲ ਕੀਤੀ ਸਤਸਖੀਰ ਸਿੰਘ ਬਾਦਲ ਦੀ ਸਤਸਖੀਰ ਸਿੰਘ ਬਾਦਲ ਹੀ ਨਹੀਂ ਇਹਨਾਂ ਦੀ ਪ੍ਰਧਾਨਗੀ ਚ ਸਾਰੀ ਦੀ ਸਾਰੀ ਪਾਰਟੀ ਉਹਨੂੰ ਸਰਪਕਾਰ ਸਿੰਘ ਬਾਦਲ ਵੀ ਹਾਜ਼ਰ ਸਨ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਰ ਸਾਹਿਬ ਜਾ ਕੇ ਇੱਕ ਹਫਤਾ ਮਾਫੀ ਵੀ ਮੰਗ ਕੇ ਆਏ ਸੇਵਾ ਵੀ ਕਰਕੇ ਆਏ ਇਹ ਸਾਰੇ ਲੀਡਰ ਸਾਹਿਬਾਨ ਵੀ ਨਾਲ ਸਨ ਜਿਹੜੇ ਅੱਜ ਕੁਝ ਗੱਲਾਂ ਕਰ ਰਹੇ ਨੇ ਨਹੀਂ ਮਾਫੀ ਕਾਦੀ ਮੈਂ ਬੇਇਤੀ ਕਰ ਰਿਹਾ ਮੈਂ ਕਲੈਰੀਫਾਈ ਕਰ ਦਦੋ ਸਰ ਨਾਲ ਦੀ ਨਾਲ ਮੈਂ ਸਾਰੀ ਗੱਲ ਕਰਾਂਗਾ ਮੈਂ ਤੁਹਾਡਾ ਕੋਈ ਸਵਾਲ ਇਦਾਂ ਦਾ ਨਹੀਂ ਜਿਹਨੂੰ ਮੈਂ ਡੋਜ ਕਰਾਂਗਾ ਤੁਸੀਂ ਚਿੰਤਾ ਨਾ ਕਰੋ ਜੇ ਕੋ ਰਹਿ ਵੀ ਜਾਊਗਾ ਤੁਸੀਂ ਮੈਨੂੰ ਬਿਠਾ ਕੇ ਪੁੱਛਿਓ ਫਿਰ ਉੱਥੇ ਸਾਰੇ ਲੀਡਰ ਸਾਹਿਬਾਨੇ ਗਏ ਸੀਗੇ ਜਿਹੜੇ ਹੁਣ ਵੀ ਨਾਲ ਨੇ ਹੈਨਾ ਔਰ ਉੱਥੇ ਜਾਣ ਤੋਂ ਪਹਿਲਾਂ ਪੂਰੀ ਡਿਸਕਸ਼ਨ ਹੋਈ ਸੀਗੀ ਇਹ ਕਿ ਉੱਥੇ ਜਾ ਕੇ ਕੀ ਕਹਿਣਾ ਹੈ ਤੇ ਕਿ ਕਿਦਾਂ-ਕਿਦਾਂ ਪੇਸ਼ ਹੋਣਾ ਕਿ ਨਿਮਰਤਾ ਦੇ ਨਾਲ ਗੱਲਾਂ ਹੋਣ ਉਹ ਆ ਉਹ ਗੱਲਾਂ ਆਂਗੇ ਫਿਰ ਇਹ ਗੱਲ ਆਈ ਕਿ ਐਨੇ ਜੀ ਇਹ ਲੋਕਾਂ ਨੂੰ ਜਾਂ ਸੰਗਤਾਂ ਨੂੰ ਇਹ ਗੱਲ ਪੂਰੀ ਨਹੀਂ ਲੱਗੀ ਭਈ ਇਹ ਤਾਂ ਇਦਾਂ ਲੱਗਾ ਕਿ ਨਹੀਂ ਇਹ ਤਾਂ ਮਤਲਬ ਕਿ ਜਿਵੇਂ ਮੰਗਣੀ ਚਾਹੀਦੀ ਉਦਾਂ ਨਹੀਂ ਮੰਗੀ ਗਈ ਇਹ ਤਾਂ ਲੱਗ ਲਵੇੜ ਜਾਂ ਰੱਖਿਆ ਵਿੱਚ ਇਫੈਂਡ ਬੱਟ ਰੱਖਿਆ ਉਸ ਤੋਂ ਬਾਅਦ ਇਹ ਕੁਛੇ ਗੱਲ ਚੱਲਦੀ ਰਹੀ ਉਸ ਤੋਂ ਬਾਅਦ ਜਦੋਂ ਇਕ ਉਸਾਰ ਬਕਰ ਸਿੰਘ ਬਾਦਰੋਣਾ ਦਾ ਅਕਾਲ ਚਲਣਾ ਕਰ ਗਏ ਉਹਨਾਂ ਦੇ ਭੋਗ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਲਾਂਕਿ ਪਹਿਲਾਂ ਵੀ ਸ੍ਰੀ ਗੁਰੂ ਗੰਨ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਹਾਜ਼ਰੀ ਦੇ ਵਿੱਚ ਮਾਫ਼ੀ ਮੰਗੀ ਗਈ ਸੀ ਲੇਕਿਨ ਉਹ ਤੋਂ ਬਾਅਦ ਫਿਰ ਬਾਦਲਪਿੰਡ ਤੁਹਾਨੂੰ ਯਾਦ ਹੈ ਉਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਵੀ ਜਿਹੜੀਆਂ ਵੀ ਮਿੱਤੋਂ ਗਲਤੀਆਂ ਹੋਈਆਂ ਜੇ ਮੈਨੂੰ ਵੀ ਲੱਗਦਾ ਮੈਂ ਨਹੀਂ ਕੀਤੀਆਂ ਲੇਕਿਨ ਕੌਮ ਨੂੰ ਲੱਗਦਾ ਮੈਂ ਕੀਤੀਆਂ ਮੈਂ ਉਹਨਾਂ ਦੀ ਵੀ ਮਾਫੀ ਮੰਗਦਾ ਫਿਰ ਸਾਰਿਆਂ ਨੇ ਬੜਾ ਕਿਹਾ ਜੀ ਸਾਰੇ ਲੀਡਰ ਸਹਿਬਾਨ ਨੇ ਕਿ ਜੀ ਵੀਰ ਜੀ ਤੁਸੀਂ ਬਹੁਤ ਵੱਡਾ ਖੁੱਲ ਕੇ ਗੱਲ ਕੀਤੀ ਇਫ ਐਂਡ ਵਟ ਨਹੀਂ ਰੱਖਿਆ ਉਹਨਾਂ ਨੇ ਕਿਹਾ ਨਹੀਂ ਇਹ ਮੈਨੂੰ ਨਹੀਂ ਵੀ ਲੱਗਦਾ ਤਾਂ ਵੀ ਕੋਈ ਗਲਤੀ ਮੇਤੋ ਹੋਈ ਹੈ ਜਿਹੜੀ ਵੀ ਗਲਤੀ ਮੇਤੋ ਹੋਈ ਹੈ ਲੱਗਦਾ ਹੈ ਸਾਰਿਆਂ ਨੂੰ ਮੇਤੋ ਹੋਈ ਹੈ ਮੈਂ ਮਾਫੀ ਮੰਗਦਾ ਇਹ ਗੱਲ ਕੁਛ ਚਿਰ ਚੱਲੀ ਰਹੀ ਸਾਰਿਆਂ ਸਾਰੇ ਲੀਡਰ ਸਹਿਬਾਨ ਬੜੇ ਖੁਸ਼ ਸੀਗੇ ਤੇ ਵੀਰ ਉਹਨਾਂ ਨੂੰ ਆ ਕੇ ਕਹਿ ਵੀ ਰਹੇ ਸੀ ਬਹੁਤ ਵਧੀਆ ਕੀਤਾ ਲੇਕਿਨ ਹੁਣ ਫਿਰ ਜਦੋਂ ਇਹ ਗੱਲ ਹੋਈ ਕਿ ਵਿੱਚ ਵਿਚਾਰੇ ਉਹ ਉਹ ਕੋਈ ਗੱਲ ਨਹੀਂ ਉਹ ਤਾਂ ਖੋਸ਼ ਸੀ ਸਾਰੇ ਫਿਰ ਉਸ ਤੋਂ ਬਾਅਦ ਸੁਖਵੀਰ ਬਾਦਲ ਹੁਣਾਂ ਦਾ ਆਪਣਾ ਡਿਸੀਜਨ ਸੀਗਾ ਜਦੋਂ ਉੱਥੇ ਹਰਮਨ ਸਿੰਘ ਸਾਹਿਬ ਜਾਣਾ ਸੀਗਾ ਆਪਾਂ ਉਹ ਜਿਹੜਾ ਸੀਗਾ ਸ਼ਤਾਬਦੀ ਸੀਗੀ ਗੁਰੂਗ੍ਰੰਥ ਸਾਹਿਬ ਆਰ ਆਈਟੀ ਉੱਥੇ ਜਾ ਕੇ ਨੋਬਦੀ ਨਿਊ ਕਿਸੇ ਨੂੰ ਪਾਰਟੀ ਚ ਨਹੀਂ ਸੀ ਪਤਾ 나 ਮੈਨੂੰ ਪਤਾ ਸੀ ਕਿ ਉੱਥੇ ਸੁਖਵੀਰ ਸਿੰਘ ਬਾਦਲ ਦੀ ਸਪੀਚ ਕੀ ਹੋਏਗਾ ਸਪੀਚ ਉਹ ਸੀਗਾ ਵੀ ਅਕਾਲੀ ਦਲ ਦਾ ਇਤਿਹਾਸ ਸਿੱਕੋਂ ਦਾ ਇਹ ਵਾਰੀ ਗੱਲਾਂ ਹੋਣਗੀਆਂ ਲੇਕਿਨ ਜਿਹੜੀ ਗੱਲ ਉਹਨਾਂ ਨੇ ਪੋਲਿਟੀਕਲ ਜਾਂ ਹੋਰ ਦੂਜੀਆਂ ਗੱਲਾਂ ਕੀਤੀਆਂ ਉਹ ਨਹੀਂ ਪਤਾ ਸੀ ਉੱਥੇ ਜਾ ਕੇ ਉਹਨਾਂ ਨੇ ਬਿਲਕੁਲ ਕੈਟੇਗੋਰਿਕਲੀ ਕਿਹਾ ਕਿ ਜਿਹੜੀਆਂ ਗੱਲਾਂ ਬਾਰੇ ਮੈਨੂੰ ਗਿਲਟੀ ਸਮਝਿਆ ਜਾਂਦਾ ਠੀਕ ਹੈ ਆ ਵਰਡ ਸੀਗੇ ਮੈਂ ਗੁਰੂ ਮਹਾਰਾਜ ਦੇ ਸਾਹਮਣੇ ਨਤਮਸਤਕ ਹੋ ਕੇ ਸਿਰ ਝੁਕਾ ਕੇ ਮਾਫੀ ਮੰਗਦਾ ਬਿਨਾ ਕਿਸੇ ਲੱਗ ਲਵੇੜ ਦੇ ਬਿਨਾ ਕਿਸੇ ਸ਼ਰਤ ਦੇ ਬਿਨਾ ਕਿਸੇ ਇਫੈਂਡ ਵੱਟ ਦੇ ਇੱਕ ਵਾਰ ਸਵਾਲ ਸਵਾਲ ਹੀ ਪੂਰੀ ਗੱਲ ਪੂਰੀ ਕਰ ਲਓ ਇੱਕ ਵਾਰ ਕਰ ਪੂਰੀ ਕਰ ਲਓ ਉਹ ਤੋਂ ਬਾਅਦ ਵੀ ਇਹ ਸਾਰੇ ਲੀਡਰ ਸਾਹਿਬਾਨ ਵੀ ਤਾਂ ਹੋਰ ਬਹੁਤ ਵਧਿਆਨ ਵੀ ਹੈ ਕਿਹਾ ਜੀ ਹੁਣ ਤਾਂ ਕੋਈ ਕਸਰ ਹੀ ਨਹੀਂ ਰਹੀ ਮਾਫੀ ਉਹ ਚਲੋ ਉਹ ਤਾਂ ਉਹਨਾਂ ਨੇ ਜ਼ਰੂਰਤ ਹੀ ਹੋ ਕੇ ਮੰਗੀ ਸੀ ਉਸਲੇ ਔਰ ਮੰਗਣੀ ਵੀ ਇਦਾਂ ਹੀ ਚਾਹੀਦੀ ਸੀ ਦਿਲ ਜ਼ਰੂਰਤ ਹੀ ਦੇ ਮਤਲਬ ਦਿਲੋਂ ਤਾਂ ਉਹ ਠੀਕ ਕੀਤਾ ਸੀਗਾ ਹੁਣ ਤੁਸੀਂ ਹਲਾ ਸਵਾਲ ਕਰੋ ਸਰ ਇਹ ਸਾਰੇ ਇਸ਼ੂ ਨੂੰ ਜਰਨਲਾਈਜ਼ ਕੀਤਾ ਜਾ ਰਿਹਾ ਹੈ ਜੀ ਸਪੈਸੀਫਿਕੇਸ਼ਨ ਚਾਹੀਦੀ ਹੈ ਤੁਸੀਂ ਕਿਹੜੀ ਗੱਲ ਦੀ ਮਾਫੀ ਮੰਗੀ ਸੀ ਦੇਖੋ ਮੈਂ ਉਸ ਇਲਜ਼ਾਮ ਦਾ ਜਿਹੜਾ ਹੈਗਾ ਜਵਾਬ ਦੇ ਸਕਦਾ ਹਾਂ ਜਿਹੜਾ ਵੀ ਇਲਜ਼ਾਮ ਸਪੈਸੀਫਿਕਲੀ ਲਾਇਆ ਜਾਏਗਾ ਉਹਦਾ ਸਪੈਸੀਫਿਕਲੀ ਜਵਾਬ ਦਿੱਤਾ ਜਾਏਗਾ ਉਹ ਲਾਣੇ ਵਾਲਾ ਕੌਣ ਹੋਏਗਾ ਜਦੋਂ ਪਾਰਟੀ ਲਾ ਸਕਦੀ ਹੈ ਸਭ ਤੋਂ ਉੱਚਾ ਅਸਥਾਨ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੈ ਉੱਥੇ ਕੋਈ ਪੰਜ ਸਿੱਖ ਸਾਡੇ ਵਿਰੋਧੀ ਵੀ ਉਹਨਾਂ ਜੋ ਕੋਈ ਪੰਜ ਸਿੱਖ ਜਾ ਕੇ ਇੱਕ ਸ਼ਿਕਾਇਤ ਦੇ ਸਕਦੇ ਆ ਕਿ ਇਹਨਾਂ ਉੱਤੇ ਆ ਇਲਜ਼ਾਮ ਹੈ ਉਹ ਉਹਦਾ ਇੱਕ ਪ੍ਰੋਸੀਜਰ ਹੈ ਕਿ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਸੰਧੀ ਜਾਂਦੀ ਹੈ ਉਹ ਜਿਹੜੀ ਵੀ ਕੰਪਲੇਂਟ ਦਿੱਤੀ ਹੁੰਦੀ ਕੋਈ ਵੀ ਹੋਵੇ ਕੋਈ ਵੀ ਹੋਵੇ ਨਹੀਂ ਅਗਿਆਦੀ ਹੋਵੇ ਕੋਈ ਨਿੱਜੀ ਕਿਰਦਾਰ ਬਾਰੇ ਕੋਈ ਗੱਲ ਹੋਵੇ ਜਿਹੜਾ ਸਿੱਖੀ ਦੇ ਉਲਟ ਜਾਂਦਾ ਹੋਵੇ ਉਹਦੇ ਉੱਤੇ ਉਹ ਸਿੰਘ ਸਾਹਿਬਾਨ ਦੀ ਮੀਟਿੰਗ ਹੁੰਦੀ ਹੈ ਉਹ ਸਿੰਘ ਸਾਹਿਬਾਨ ਫਿਰ ਜਿਹੜਾ ਸਬੰਧਤ ਵਿਅਕਤੀ ਹੁੰਦਾ ਜੋ ਸਮਝਣ ਦੇ ਇੱਕ ਤਾਂ ਜੀ ਵੈਸੇ ਹੀ ਹੈ ਕਿਸੇ ਨੇ ਸ਼ਿਕਾਇਤ ਕੀਤੀ ਆ ਔਰ ਲਗਤਵਾਜ ਬਾਰੇ ਉਹ ਸੀਰੀਅਸ ਜੀ ਗੱਲ ਨਹੀਂ ਹੈ ਤਾਂ ਉਹਨੂੰ ਤਾਂ ਖੈਰ ਉਹ ਨਹੀਂ ਮੰਨਣਗੇ ਲੇਕਿਨ ਜੇ ਕੋਈ ਸੀਰੀਅਸ ਗੱਲ ਹੋਵੇ ਜਿਹੜੀ ਪੂਰੀ ਕੌਮ ਨਾਲ ਸਬੰਧਤ ਹੋਵੇ ਉਹਦੇ ਤੇ ਫਿਰ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਉੱਤੇ ਉਹ ਬੁਲਾਉਂਦੇ ਆ ਫਿਰ ਉਸ ਬੰਦੇ ਨੂੰ ਕਿ ਭਾਈ ਤੇਰੇ ਖਿਲਾਫ ਆਸ਼ਕਾਤਾਂ ਆਈਆਂ ਨੇ ਤੈਨੂੰ ਤਲਬ ਕੀਤਾ ਜਾਂਦਾ ਤਲਬ ਕਰਕੇ ਉਹਨੂੰ ਉੱਥੇ ਖੜਾ ਕੀਤਾ ਜਾਂਦਾ ਖੜਾ ਕਰਕੇ ਇੱਕ ਪ੍ਰੋਸੀਜਰ ਆ ਠੀਕ ਹੈ ਉਹਦੇ ਵਿੱਚ ਉਹਨੂੰ ਇਲਜ਼ਾਮ ਦੱਸੇ ਜਾਂਦੇ ਆ ਕਿ ਤੇਰੇ ਤੇ ਆ ਇਲਜ਼ਾਮ ਤੁਸੀਂ ਸ਼ਿਕਾਇਤ ਦਾ ਇੰਤਜ਼ਾਰ ਕਰ ਰਹੇ ਹੋ ਸੌਰੀ ਤੁਸੀਂ ਸ਼ਿਕਾਇਤ ਦਾ ਇੰਤਜ਼ਾਰ ਕਰ ਰਹੇ ਹੋ ਨਹੀਂ ਅਸੀਂ ਤਾਂ ਦੇਖੋ ਜਦ ਤੱਕ ਬੁਲਾਇਆ ਨਾ ਜਾਵੇ ਫਿਰ ਜਾਣ ਦਾ ਤਰੀਕਾ ਸਿਰਫ ਉਹੀ ਹੈ ਇਸ ਤਰ੍ਹਾਂ ਗਏ ਨਹੀਂ ਚਲੋ ਇੱਕ ਚੀਜ਼ ਹੋਰ ਕਲੀਅਰ ਕਰ ਦਿੰਦੇ ਹਾਂ ਜਿਹੜੀ ਮਿਸਟਰ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਕੀ ਉਹਦੇ ਵਿੱਚ ਉਹਨਾਂ ਨੇ ਬੇਅਦਬੀ ਦੇ ਮਾਮਲੇ ਵਿੱਚ ਵੀ ਗਲਤੀ ਮੰਨੀ ਉਹਨਾਂ ਨੇ ਸਪੈਸੀਫਿਕਲੀ ਇਹ ਗੱਲ ਕਹੀ ਕਿ ਉਸ ਵੇਲੇ ਸਰਕਾਰ ਸਾਡੀ ਸੀ ਅਸੀਂ ਉਹਨੂੰ ਕੰਟਰੋਲ ਕਰਨ ਚ ਸੰਗਤਾਂ ਨੂੰ ਜਿਸ ਤਰ੍ਹਾਂ ਸੰਗਤਾਂ ਨੂੰ ਪਛਾਣਦੀਆਂ ਸਨ ਦਾ ਕੰਟਰੋਲ ਹੋਵੇ ਸੰਗਤਾਂ ਨੂੰ ਲੱਗਦਾ ਨਹੀਂ ਉਦਾਂ ਅਸੀਂ ਕੰਟਰੋਲ ਕਰ ਪਾਏ ਉਹ ਕੋਈ ਕਬੀ ਫਿਸ਼ੀ ਰਹੀ ਮੈਂ ਉਹਦੀ ਮਾਫੀ ਮੰਗਦਾ ਤੁਸੀਂ ਇਹ ਗੱਲ ਬੜੇ ਦਾਵੇ ਨਾ ਕਹਿ ਰਹੇ ਹੋ ਦੇਖੋ ਸਾਡੇ ਤੇ ਇਹ ਇਲਜ਼ਾਮ ਤਾਂ ਸਾਡੇ ਦੁਸ਼ਮਣਾਂ ਨੇ ਵੀ ਕਦੇ ਨਹੀਂ ਲਾਇਆ ਕਿ ਬੇਅਦਬੀ ਅਸੀਂ ਕਰਾਈ ਸਾਡੇ ਤੇ ਇਲਜ਼ਾਮ ਲਾਇਆ ਕਿ ਬੇਅਦਬੀ ਨੂੰ ਹੈਂਡਲ ਇਹਨਾਂ ਨੇ ਠੀਕ ਨਹੀਂ ਕੀਤਾ ਨਹੀਂ ਸੈਨੀ ਤੇ ਜ਼ਹਾਰ ਹ आलम ਵੀ ਉਸੇ ਮਾਫੀ ਵਿੱਚ ਸ਼ਾਮਲ ਸੀ ਕੋਈ ਵੀ ਗਲਤੀ ਹੋਈ ਹੋਵੇ ਤੁਸੀਂ ਹੁਣ ਇਸਹਾਰ ਆਲਮ ਦੀ ਗੱਲ ਕਰ ਲਓਗੇ ਉਹ ਵੀ ਮੰਨ ਲਓ ਵੀ ਹੋ ਗਈ ਮੰਨ ਲਓ ਕੋਈ ਹੋਰ ਵੀ ਤੁਸੀਂ ਨਾਮ ਲੈ ਲਓ ਉਹ ਵੀ ਹੋ ਗਈ ਉਸ ਤੋਂ ਇਲਾਵਾ ਕੋਈ ਹੋਰ ਬੰਦਾ ਕੋਈ ਨਹੀਂ ਇਹ ਦੋ ਦੋ ਤਾਂ ਹੋ ਗਈਆਂ ਲੇਕਿਨ ਤੀਜੀ ਵੀ ਆ ਉਹ ਵੀ ਹੋ ਗਈ ਆ ਚੌਥੀ ਵੀ ਆ ਵੀ ਸਾਰੀਆਂ ਹੀ ਜਦੋਂ ਉਹਨੇ ਕਹਤਾ ਜਿਹੜੀ ਵੀ ਗਲਤੀ ਹੋਈ ਮੈਂ ਉਹਦੀ ਮਾਫੀ ਮੰਗਦਾ ਕਿੰਨੀਆਂ ਗੜਾਵੇ ਕਿਸੇ ਨੇ ਕਹਿੰਦਾ ਜੀ ਮੈਨੂੰ ਤਾਂ ਇਹਨਾਂ ਨੇ ਜੀ ਦਲਤਾਂ ਦਾ ਫੰਡ ਟਾਈਮ ਸੈਟ ਨਹੀਂ ਸੀ ਗਿਆ ਉਹਦੀ ਵੀ ਮਾਫੀ ਮੰਗੋ ਇਹਦਾ ਸੌ ਚੀਜ਼ਾਂ ਹੋ ਸਕਦੀਆਂ ਨੇ ਹੋ ਹੋ ਸੱਚੀ ਵੀ ਉਹਦੇ ਪਰ ਉਹ ਕਿੰਨੀਆਂ ਗੜਾਈਆਂ ਜਾ ਸਕਦੀਆਂ ਅਗਲਾ ਕਹਿੰਦਾ ਮੈਂ ਸਮੁੱਚੇ ਤੌਰ ਤੇ ਜਿਹੜੀ ਵੀ ਗਲਤੀ ਮੇਤ ਹੋਈ ਹੈ ਮੈਂ ਸੱਚੇ ਦਿਲੋਂ ਝੁੱਕ ਕੇ ਮਾਫੀ ਮੰਗਦਾ ਨਤਮਸਤਕ ਹੋ ਕੇ ਆ ਵਰਡ ਯੂਜ਼ ਕੀਤਾ ਹੁਣ ਇਹ ਵੀ ਨਾਲ ਕਿਹਾ ਗਿਆ ਕਿ ਵੈਸੇ ਮੈਂ ਉਹ ਸ਼ਬਦ ਮੈਨੂੰ ਨਿੱਜੀ ਤੌਰ ਤੇ ਕਹਿਣਾ ਪਸੰਦ ਨਹੀਂ ਉਹ ਸ਼ਬਦ ਵੀ ਪਿੱਛੇ ਇੱਕ ਛੋਟਾ ਜਿਹਾ ਗੁਰਦੁਆਰਾ ਉੱਥੇ ਜਾ ਕੇ ਸਾਰਾ ਪ੍ਰਕਿਰਿਆ ਕੀਤੀ ਗਈ ਹੈ ਮੇਰੇ ਖਿਆਲ ਦੇ ਵਿੱਚ ਤੁਸੀਂ ਸਿੱਖ ਇਤਿਹਾਸ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਸ੍ਰੀ ਹਰਮੰਦਰ ਸਾਹਿਬ ਦਾ ਕੰਪਲੈਕਸ ਜਿਹਨੂੰ ਅਸੀਂ ਪਰਿਸਰ ਕਹਿੰਦੇ ਆ ਇੱਕ ਉਹ ਚੀਜ਼ ਹੈ ਇੱਕ ਸ੍ਰੀ ਇੱਕ ਏਰੀਆ ਜਿਹਨੂੰ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਕੰਪਲੈਕਸ ਕਹਿੰਦੇ ਆ ਉਹਦੇ ਵਿੱਚ ਰੂਮਸ ਵੀ ਨੇ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਜਿਹੜੇ ਗੁਰਦੁਆਰਾ ਸਾਹਿਬ ਗੁਰਬਖਸ਼ ਸਿੰਘ ਹੁਣਾਂ ਦਾ ਜਿਹਾ ਗੁਰਬਖਸ਼ ਸਿੰਘ ਹੁਣਾਂ ਦਾ ਸ਼ਹੀਦ ਗੁਰੂ ਅਰਜਨ ਸਿੰਘ ਹੁੰਦਾ ਉਹ ਗੁਰਦੁਆਰਾ ਸਾਹਿਬ ਵੀ ਆ ਉਹ ਹਰਮੰਦਰ ਉਹ ਅਕਸ਼ਰਿ ਅਕਾਲ ਤਖਸਾਲ ਸਾਹਿਬ ਦਾ ਹਿੱਸਾ ਆ ਇਹ ਨਹੀਂ ਆ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਬਾਹਰ ਆ ਗਿਆ ਇਹ ਮਲੂਕਾ ਸਾਹਿਬ ਦੀ ਸਟੇਟਮੈਂਟ ਹੈ ਵੇਟ ਅ ਸੈਕਿੰਡ ਵੇਟ ਅ ਸੈਕਿੰਡ ਪ੍ਰੈਸ ਕਾਨਫਰੈਂਸ ਮੈਂ ਕਲੀਅਰ ਕਰਦਾ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਹਿੱਸਾ ਹੈ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਨਤਮਸਤਕ ਹੋ ਕੇ ਤੁਸੀਂ ਸਨਮੁਖ ਹੋ ਕੇ ਮਾਫੀ ਮੰਗਦੇ ਹੋ ਤੇ ਇੱਕ ਮਿੰਟ ਰਹਿ ਜਾਓ ਦੂਜਾ ਤਰੀਕਾ ਕੀ ਰਹਿੰਦਾ ਆ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਉਹ ਜਿਹੜਾ ਪਲੇਟਫਾਰਮ ਉਰ ਥੱਲੇ ਖੜ ਕੇ ਮਾਹੀ ਮੰਗਣਾ ਠੀਕ ਹੈ ਨਾ ਉਹ ਸਿਰਫ ਤੇ ਸਿਰਫ ਉਦੋਂ ਮੰਗੀ ਜਾ ਸਕਦੀ ਹੈ ਜਦੋਂ ਤੁਹਾਨੂੰ ਤਲਬ ਕਰਕੇ ਉੱਤੇ ਖੜਾ ਕੀਤਾ ਜਾਂਦਾ ਹੈ ਕੀਤਾ ਜਾਂਦਾ ਜੇ ਕੀਤਾ ਜਾਵੇ ਕੋਈ ਸਿੱਖਿਆਰਥੀ ਜਿਹੜਾ ਨਹੀਂ ਜਾਊਗਾ ਸੁਖਵੀਰ ਸਿੰਘ ਬਾਦਲ ਕੋਈ ਲੱਗ ਰੇ ਉਹ ਕੋਈ ਲੱਗシャ ਜਿਹੜਾ ਕਹੂਗਾ ਮੈਂ ਨਹੀਂ ਜਾਂਦਾ ਉਹ ਕਿਉਂ ਨਹੀਂ ਜਾਏਗਾ ਮਲੂਕਾ ਸਾਹਿਬ ਦੀ ਸਟੇਟਮੈਂਟ ਗਲਤ ਹੈ ਮਲੂਕਾ ਸਾਹਿਬ ਨੂੰ ਪੁੱਛ ਲਓ ਵੇ ਅਕਾਲ ਤਖਸਾਲ ਦਾ ਪਰਿਸਰ ਉਹਨੂੰ ਮੰਨਦੇ ਆ ਕਿ ਨਹੀਂ ਮੰਨਦੇ ਉਹਦਾ ਕੰਪਲੈਕਸ ਦਾ ਹਿੱਸਾ ਮੰਨਦੇ ਆ ਕਿ ਨਹੀਂ ਮੰਨਦੇ ਔਰ ਮੈਂ ਇੱਕ ਮਿੰਟ ਠਹਿਰੋ ਜਰਾ ਪਹਿਲੀ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮੰਗੀ ਗਈ ਕਿ ਇਹਨੂੰ ਵੈਲਿਡ ਸਮਝਦੇ ਕਿ ਨਹੀਂ ਸਮਝਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮੰਗੀ ਗਈ ਸੀ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਕਹਿ ਕੇ ਮੰਗੀ ਗਈ ਸੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਮਾਫੀ ਮੰਗਣਾ ਕਿ ਕਸਰ ਰਹਿ ਗਈ ਸੀ ਜੇ ਰਹਿ ਗਈ ਸੀ ਤਾਂ ਦੱਸ ਦੇਣ ਉਦਾਂ ਕਰ ਲੈਣਾ ਫਿਰ ਕੌਮ ਨੇ ਮਾਫ ਕਿਉਂ ਨਹੀਂ ਕੀਤਾ ਦੇਖੋ ਕੌਮ ਨੇ ਮਾਫ ਕੀਤਾ ਕਿ ਨਹੀਂ ਕੀਤਾ ਇਹ ਤਾਂ ਤੁਹਾਡੀ ਜਜਮੈਂਟ ਆ ਕੌਮ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਉਹਦੇ ਹਜ਼ਾਰ ਹੋਰ ਰੀਜ਼ਨ ਵੀ ਹੋ ਸਕਦੇ ਸਰ ਜੱਜਮੈਂਟ ਨਹੀਂ ਇਹ ਸਾਰੇ ਲੋਕ ਕਹਿ ਰਹੇ ਆ ਕਿ ਤੁਸੀਂ ਹਾਸ਼ੀਏ ਤੇ ਆਏ ਇਸ ਕਰਕੇ ਕਿਉਂਕਿ ਤੁਸੀਂ ਨੰਗੇ ਚਿੱਟੇ ਹੋ ਕੇ ਸਾਹਮਣੇ ਨਹੀਂ ਆਏਗੇ ਮੈਂ ਇਹ ਗੱਲ ਦੇ ਮੈਨੂੰ ਮੰਨਣ 'ਚ ਕੋਈ ਹਿਜਕ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਆਪਣੀ ਗੱਲ ਤਰੀਕੇ ਨਾਲ ਨਹੀਂ ਦੱਸ ਸਕਦੇ ਕਿ ਅਸੀਂ ਸਾਡੇ ਮਨ 'ਚ ਕੀ ਆ ਅਸੀਂ ਕੀ ਕਹਿੰਦੇ ਆ ਕੀ ਕਹਿ ਰਹੇ ਆ ਅਸੀਂ ਨਹੀਂ ਸਮਝਾ ਸਕਦੇ ਇਹਦੇ 'ਚ ਬਿਲਕੁਲ ਮੈਨੂੰ ਕੋਈ ਸ਼ੱਕ ਨਹੀਂ ਜੇ ਲੋਕੀ ਇਹਦਾ ਸਮਝਦੇ ਆ ਤਾਂ ਮੈਂ ਲੋਕਾਂ ਦਾ ਕਸੂਰ ਨਹੀਂ ਸਮਝਦਾ ਇਸ ਉੱਚ ਮੈਂ ਆਪਣਾ ਕਸੂਰ ਸਮਝਦਾ ਸਾਡਾ ਕਸੂਰ ਸਮਝਦਾ ਆਪਣਾ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਚੀਜ਼ਾਂ ਮੈਂ ਹੈਂਡਲ ਕਰਦਾ ਹਾਂ ਤੌਰ ਤੇ ਪਰਸੈਪਸ਼ਨ ਮੈਨੇਜਮੈਂਟ ਮੈਂ ਹੈਂਡਲ ਕਰਦਾ ਇਸ ਕਰਕੇ ਮੈਂ ਆਪਣਾ ਕਸੂਰ ਸਮਝਦਾ ਲੇਕਿਨ ਜੇ ਕੋਈ ਬੰਦਾ ਇੱਕ ਮਿੰਟ ਦੱਸੋ ਜੇ ਕੋਈ ਬੰਦਾ ਬਾਰ ਬਾਰ ਔਰ ਉਹ ਉਹ ਇਹ ਨਹੀਂ ਕਿ ਕਿਤੇ ਆਮ ਜਗ੍ਹਾ ਦੇ ਉੱਤੇ ਜਾਂ ਕਿਸੇ ਕਿਸੇ ਘਰੇ ਫੰਕਸ਼ਨ ਜਾ ਕੇ ਜਾਂ ਕਿਤੇ ਹੋਰ ਜਬਬਲਿਕ ਸਪੀਚ ਦੇ ਵਿੱਚ ਇਦਾਂ ਨਹੀਂ ਪ੍ਰੋਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਰ ਬਾਰ ਮਾਫੀ ਮੰਗ ਰਿਹਾ ਕਿ ਮੈਂ ਬੋਚਦਾ ਕਿ ਉਹਨੂੰ ਸੀਰੀਅਸ ਕਿਉਂ ਨਹੀਂ ਲਿਆ ਜਾਣਾ ਚਾਹੀਦਾ ਚਲੋ ਇਹ ਸਵਾਲ ਬੜਾ ਮਤਵਪੂਰਨ ਹੈ। ਛੋੜੇ ਬ੍ਰੇਕ ਲਾ ਕੇ ਵਾਪਸ ਆ ਰਿਹਾ। ਐਚਐਸ ਬੈਂਸ ਸਾਡੇ ਨਾਲ ਨੇ। ਬੈਂਸ ਸਾਹਿਬ ਤੋਂ ਹੋਰ ਵੀ ਸਵਾਲ ਹੋਣਗੇ। ਵਾਪਸ ਆ ਰਹੇ। ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਬੈਂਸ ਸਾਹਿਬ। ਅ ਬੈਂਸ ਸਾਹਿਬ ਜਿਹੜੀ ਉਹਨਾਂ ਨੇ ਮਾਫੀ ਮੰਗਣੀ ਹੈ। ਤੁਸੀਂ ਉਹਨਾਂ ਦਾ ਵੈਲਕਮ ਕਰ ਦਿਓ। ਕਿਨਾਂ ਨੇ? ਜਿਹੜੇ ਤੁਹਾਡੇ ਸਾਥ ਹੀ ਰਹੇ ਆ ਜਿਹੜੇ ਜੇ ਅਸੀਂ ਮਾਫੀ ਮੰਗ ਕੇ ਆਏ ਆ ਉਹ ਚੰਗੀ ਚੀਜ਼ ਆ। ਯੂ ਨੋ ਇਨੋ ਇੱਥੇ ਮੰਗ ਚੁੱਕੇ ਨੇ ਦੁਬਾਰਾ ਮੰਗਣ ਜਾ ਰਹੇ ਨੇ। ਮੰਗ ਚ ਬੇਕਰਨ ਜਾਣਾ ਚਾਹੀਦਾ ਬਾਰ ਬਾਰ ਜਾਣਾ ਚਾਹੀਦਾ ਕੋਈ ਗੱਲ ਨਹੀਂ ਇਹ ਤਾਂ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਅਸੀਂ ਤਾਂ ਪਹਿਲਾਂ ਜਾਏ ਆ ਇਹ ਹੁਣ ਜਾ ਰਹੇ ਹੁਣ ਵੀ ਠੀਕ ਹੈ ਦੇਰ ਆਏ ਦਰਸਤ ਆਏ ਕਿਉਂਕਿ ਇਹ ਤਾਂ ਨਹੀਂ ਇਹ ਕਹਿ ਸਕਦੇ ਅਸੀਂ ਉਹ ਸਰਕਾਰ ਦਾ ਹਿੱਸਾ ਨਹੀਂ ਸੀ ਜਿੰਨਾ ਲੋਕ ਨਰਾਜ਼ ਨੇ ਤੁਸੀਂ ਕਿੰਦੀ ਰਿਸਪੌਂਸਿਬਿਲਟੀ ਮੰਨਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤੀ ਪੱਖੋਂ ਰਾਜਨੀਤਿਕ ਪੱਖੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿੰਦੀ ਰਿਸਪੌਂਸਿਬਿਲਟੀ ਮੰਨਦੇ ਹੋ ਮੈਂ ਆਪਣੀ ਮੰਗਦਾ ਪਹਿਲੀ ਗੱਲ ਤਾਂ ਕਿਉਂਕਿ ਜਿਸ ਸਰਕਾਰ ਨੇ ਇਸ ਤਰ੍ਹਾਂ ਦੀ ਪਰਫਾਰਮੈਂਸ ਦਿੱਤੀ ਹੋਈ ਜਿਹਨੂੰ ਲੋਕ ਅੱਜ ਵੀ ਕਹਿੰਦੇ ਆ ਕਿ ਇਸ ਵਕਤੋਂ ਦਾ ਬਹੁਤ ਵਧੀਆ ਸੀ ਸਰਕਾਰ ਦੇ ਜਿਹੜੇ ਬੇਸਿਕ ਕੰਮ ਹੁੰਦੇ ਆ ਕਿਸੇ ਨੇ ਇਹ ਤਾਂ ਨਹੀਂ ਕਿਹਾ ਕਿ ਡਿਵੈਲਪਮੈਂਟ ਨਹੀਂ ਕਰਾਈ ਕਿਸੇ ਨੇ ਇਹ ਤਾਂ ਨਹੀਂ ਕਿਹਾ ਕਿ ਇਹਨਾਂ ਨੇ ਜਿਹੜੇ ਗਰੀਬ ਵਰਗ ਦੀ ਮਦਦ ਨਹੀਂ ਕੀਤੀ ਜਾਂ ਇਹਨਾਂ ਨੇ ਕਿਸੇ ਕਿਸੇ ਵੀ ਵਰਗ ਨੂੰ ਇਗਨੋਰ ਕੀਤਾ ਕਿਸੇ ਨੇ ਇਹ ਤਾਂ ਨਹੀਂ ਕਿਹਾ ਇਸ਼ੂ ਤਾਂ ਹੋਰੇ ਬਣੇ ਇਸ਼ੂ ਮੈਂ ਦੱਸ ਦੇਣਾ ਕਿਹੜੇ ਬਣੇ ਸੀ ਇੱਕ ਇਸ਼ੂ ਬਣਿਆ ਸੀ ਬੇਅਦਬੀ ਨੂੰ ਹੈਂਡਲ ਕਰਨ ਦਾ ਦੂਸਰਾ ਇਸ਼ੂ ਬਣਿਆ ਸੀ ਡਰੱਗਸ ਦਾ ਤੀਸਰਾ ਇਸ਼ੂ ਬਹੁਤ ਵੱਡਾ ਬਣਾਇਆ ਗਿਆ ਸੀ ਜੇ ਤੁਹਾਨੂੰ ਯਾਦ ਹੋਵੇ ਲੋਕੀ ਭੁੱਲ ਗਏ ਕਿ ਜੀ ਬਿਜਲੀ ਸਮਝੌਤਿਆਂ ਤੇ ਜਿਹੜੇ ਦਸਕਤ ਕੀਤੇ ਗਏ ਉਹ ਚ ਪਤਾ ਨਹੀਂ ਲੱਖਾਂ ਕਰੋੜਾ ਰੁਪਏ ਦੀ ਉਧਰ ਉਧਰ ਹੋਈ ਹੈ ਇਹ ਵੀ ਇਸ਼ੂ ਸੀਗਾ ਬਹੁਤ ਵੱਡਾ ਇਸ਼ੂ ਬਣਿਆ ਗਿਆ ਸੀ ਉਹ ਸਮਝੌਤੇ ਉੰ데 ਖੜਿਆ 7 ਸਾਲ ਹੋ ਗਏ ਔਰ ਬੇਅਦਬੀ ਦੇ ਉੱਤੇ ਵੀ ਜਿਹੜੇ ਇਲਜ਼ਾਮ ਲਾਏ ਗਏ ਸੀ ਜਾਂ ਬੇਬਲ ਕਲਾਮ ਜਿਹੜਾ ਸ਼ਹਾਦਤ ਹੋਈ ਸੀ ਉਹਦੇ ਤੇ ਸਾਡੇ ਤੇ ਇਲਜ਼ਾਮ ਲਾਏ ਗਏ ਸੀਗੇ ਉਹਨੂੰ ਵੀ 7 ਸਾਲ ਹੋ ਗਏ ਮਨ ਸਰਕਾਰਾਂ ਬਦਲੀਆਂ ਨੂੰ 7 ਸਾਲ ਹੋ ਗਏ ਇਹ ਕਹਿੰਦੇ ਸੀ 30 ਦਿਨਾਂ ਚ ਅਸੀਂ ਸਾਰਾ ਨਿਟਾਰਾ ਨਿਟਾਰਾ ਕਰਦਾ ਕਿਉਂਕਿ ਫੈਕਟ ਸਪਤਾ ਹੀ ਨਹੀਂ ਸਰ ਲਾਅ ਐਂਡ ਆਰਡਰ ਨਹੀਂ ਲਾਅ ਐਂਡ ਆਰਡਰ ਦੇ ਲਈ ਸਰ ਮੌਕਾ ਬਸ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਕਰਿਆ ਅਮਰਸਰ ਵੀ ਹੁੰਦਾ ਇਸਪੈਕ ਲਾਅ ਐਂਡ ਆਰਡਰ ਵਾਸ ਨਾਟ ði ਇਸ਼ੂ ਹਾਂ ਇਸ਼ੂ ਵਾਸ ਧਾਰਮਿਕ ਇਹ ਡਰੱਗ ਲਾਅ ਐਂਡ ਆਰਡਰ ਇਸ਼ੂ ਨਹੀਂ ਸੌਰੀ ਡਰੱਗ ਵਾਲਾ ਮਸਲਾ ਨਹੀਂ ਨਹੀਂ ਮੈਂ ਦੂਜੇ ਦੀ ਗੱਲ ਕਰ ਰਿਹਾ ਸੀ ਮੈਂ ਦੂਜੇ ਦੀ ਗੱਲ ਕਰ ਰਿਹਾ ਸੀ ਕਿ ਬੇਅਦਬੀ ਨਾਟ ਸੰਬੰਧਿਤ ਘਟਨਾਵਾਂ ਉਹ ਲਾਅ ਐਂਡ ਆਰਡਰ ਨਾਲੋਂ ਜ਼ਿਆਦਾ ਧਾਰਮਿਕ ਜਜ਼ਬਾਤ ਦੀ ਗੱਲ ਸੀਗੀ ਧਾਰਮਿਕ ਸ਼ਰਧਾ ਉਰੇ ਜੇ ਇਹ ਪ੍ਰਭਾਵ ਗਿਆ ਕਿ ਅਸੀਂ ਉਹਨੂੰ ਉਨੀ ਦ੍ਰਿੜਤਾ ਨਾਲ ਨਹੀਂ ਨਿਪਟਿਆ ਜਿੰਨਾ ਨਿਪਟਣ ਦੀ ਉਮੀਦ ਕੀਤੀ ਜਾਂਦੀ ਹੈ ਗੱਲ ਇਹ ਸਰਕਾਰ ਤੋਂ ਇਹ ਇਹ ਸੀ ਗੱਲ ਅਸਲੀ ਜਿਹੜੀ ਗੱਲ ਇਸ ਕਰਕੇ ਸਾਨੂੰ ਲੋਕਾਂ ਨੂੰ ਕਿ ਸਾਡੇ ਨਾਲ ਨਰਾਜ਼ ਹੋਏ ਜਿਹੜੀ ਸਚਾਈ ਹੈ ਉਰੇ ਜ ਮੈਂ ਸਮਝਦਾ ਹਾਂ ਕਿ ਕਿਸੇ ਹੱਦ ਤੱਕ ਮੇਰਾ ਖਸੂਰ ਹੈ ਕਿ ਅਸੀਂ ਇਹ ਗੱਲ ਸਾਰਾ ਕੁਝ ਸਹੀ ਕਰਕੇ ਚਲੋ ਇੱਕ ਮਿੰਟ ਲਈ ਮੈਂ ਪੁੱਛਦਾ ਵੀ ਮੈਂ ਇਹੀ ਮੰਨ ਲੈਣਾ ਕਿ ਜਿਹੜੇ ਵਰਦੀ ਕਹਿੰਦੇ ਪ੍ਰਚਾਰਤ ਹੋਇਆ ਅਨਾਂ ਇਹਦੇ ਬਾਰੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਤੁਹਾਨੂੰ ਹੈ ਅੰਨਾ ਪ੍ਰਚਾਰ ਹੋਇਆ ਔਰ ਸਾਰੀਆਂ ਪਾਰਟੀਆਂ ਉਦੋਂ ਵੀ ਤੇ ਅੱਜ ਵੀ ਇੱਕ ਦੂਜੇ ਦੇ ਖਿਲਾਫ ਨਹੀਂ ਬੋਲ ਰਹੀਆਂ ਸਿਰਫ ਅਕਾਲੀ ਦਲ ਦੇ ਖਿਲਾਫ ਬੋਲ ਰਹੀਆਂ ਨੇ ਠੀਕ ਆ ਹੋਰ ਕੋਈ ਗੱਲ ਨਹੀਂ ਹੋ ਰਹੀਆਂ ਕਿਉਂਕਿ ਇਹਨਾਂ ਨੂੰ ਪਤਾ ਜੇ ਕੋਈ ਹੋਰ ਗੱਲ ਹੋਏਗੀ ਤਾਂ ਲੋਕੀ ਪੁੱਛਣਗੇ ਸਰਕਾਰ ਕਿਵੇਂ ਚੱਲ ਰਹੀ ਹੈ ਲੋਕੀ ਪੁੱਛਣਗੇ ਕਾਂਗਰਸ ਨੇ ਕੀ ਕੀਤਾ ਸੀ ਕਾਂਗਰਸ ਸਾਨੂੰ ਕਹਿੰਦੀ ਹੈ ਬੇਅਦਬੀ ਦੀ ਗੱਲ ਮਤਲਬ ਸ਼੍ਰੀ ਅਕਾਲ ਤਖਸਾਲ ਨੂੰ ਟੈਸਟ ਨੈਸ ਕਰਨ ਵਾਲੇ ਲੋਕ ਬੇਅਦਬੀ ਦੀ ਗੱਲ ਕਰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੂੰ ਛਲਨੀ ਕੀਤਾ ਗਿਆ ਸੀ ਉਹ ਲੋਕ ਮੈਂ ਨਹੀਂ ਕਹਿੰਦਾ ਵੀ ਕਰਨਾ ਨਹੀਂ ਚਾਹੀਦਾ ਪਰ ਮੈਂ ਕਹਿੰਦਾ ਰਾਹੁਲ ਗਾਂਧੀ ਜੀ ਉੱਥੇ ਆਏ ਸੀਗੇ ਹਰਮੰਦਰ ਸਾਹਿਬ ਬੜੀ ਅੱਛੀ ਗੱਲ ਹੈ ਬਹੁਤ ਬਹੁਤ ਵਧੀਆ ਗੱਲ ਲੱਗੀ ਮੈਨੂੰ ਲੇਕਿਨ ਜੇ ਦੋ ਖਰੇਵੀ ਬੋਲ ਦਿੰਦੇ ਵੀ ਜੋ ਜੂਨ 6 1984 ਨੂੰ ਉੱਥੇ ਹੋਇਆ ਸੀਗਾ ਉਹਦਾ ਮੈਨੂੰ ਵੀ ਬਹੁਤ ਦੁੱਖ ਹੈ ਤੁਹਾਡੇ ਮਨ ਦੀ ਜਿਹੜੀ ਪੀੜਾ ਮੈਂ ਵੀ ਸ਼ੇਅਰ ਕਰਦਾ ਮੈਂ ਤਾਂ ਮਾਫੀ ਮੰਗਣ ਨੂੰ ਵੀ ਨਹੀਂ ਕਹਿ ਰਿਹਾ ਮੈਂ ਤਾਂ ਕਹਿੰਦਾ ਇੰਨਾ ਹੀ ਕਹਿੰਦੇ ਉਹ ਕਿਉਂ ਨਹੀਂ ਕਿਹਾ ਕੁਝ ਨਹੀਂ ਅੱਖਰ ਨਹੀਂ ਬੋਲਣਾ ਜ਼ਰੂਰੀ ਔਰ ਉਸੇ ਜਗ੍ਹਾ ਤੇ ਆਇਆ ਕਿ ਇਹ ਨਾ ਕਹਿਣ ਰੱਖਾ ਸੀ ਅੱਛਾ ਚਲੋ ਮੈਂ ਕਹਿੰਦਾ ਕੋਈ ਨਹੀਂ ਕਿਹਾ ਨਹੀਂ ਕਿਹਾ ਆਪਾਂ ਉਹਨਾਂ ਨੂੰ ਕੱਲ੍ਹ ਕਹੇ ਜੇ ਉਹ ਮਾੜੇ ਤਾਂ ਅਸੀਂ ਵੀ ਮ ਪਰ ਮੈਂ ਕਹਿੰਦਾ ਸਾਡੀ ਗੱਲ ਸਾਡੇ ਨਾਲ ਜੇ ਲੋਕ ਸਾਡੇ ਨਾਲ ਕਿਸੇ ਗੱਲ ਤੋਂ ਨਾਰਾਜ਼ ਆ ਤਾਂ ਸਾਨੂੰ ਉਹ ਨਾਲ ਆਪ ਡੀਲ ਕਰਨਾ ਪਏਗਾ ਇਹ ਨਹੀਂ ਕਿ ਉਹ ਵੀ ਮਾੜਾ ਇਦਾਂ ਇਹ ਕੋਈ ਜਵਾਬ ਨਹੀਂ ਹੁੰਦਾ ਲੇਕਿਨ ਮੈਂ ਉਦਾਂ ਵੈਲ ਕਰਦਾ ਫਿਰ ਗੱਲਾਂ ਤਾਂ ਇਹਨਾਂ ਨੇ ਚਲਾਈਆਂ ਸੀਗੀਆਂ ਮੈਂ ਗੱਲ ਜਿਹੜੀ ਕਰਦਾ ਸੀ ਹੋਰ ਸੀ ਉਹ ਇਹ ਸੀ ਕਿ ਉਹ ਗੱਲਾਂ ਜੋ ਅਨਾ ਪ੍ਰਚਾਰ ਹੋਇਆ ਸੀ ਉਹਨੂੰ 7 ਸਾਲ ਹੋ ਗਏ ਪਹਿਲਾਂ ਕਾਂਗਰਸ ਕਹਿੰਦੀ ਸੀ ਵਿੱਤੀਆਂ ਦੇ ਨਾਲ ਅਸੀਂ ਸਾਹਮਣੇ ਰਿਜ਼ਲਟ ਲਿਆ ਕੇ ਦੇ ਦਾਂਗੇ ਸਭ ਪਤਾ ਹੀ ਆ ਫਿਰ ਆਵਾਦਵੀ ਪਾਰਟੀ ਵਾਲੇ ਕਹਿੰਦੇ ਸੀਗੇ ਵੀ ਬਾਦਲ ਨੇ ਫੋਨ ਕੀਤਾ 2 ਵਜੇ ਰਾਤ ਨੂੰ ਪਹਿਲਾਂ ਕਾਂਗਰਸ ਵਾਲੇ ਕਹਿੰਦੇ ਸੀਗੇ 7 ਸਾਲ ਹੋ ਗਏ ਨੇ ਜਿਹੜੇ ਬੰਦਿਆਂ ਨੇ ਉਸ ਵੇਲੇ ਹਾਈ ਕੋਰਟ ਕੇਸ ਵੀ ਪਾਇਆ ਸੀਗਾ ਜਿਹੜਾ ਹਾਈ ਕੋਰਟ ਨੇ ਚੱਕ ਕੇ ਉਸ ਬੰਦੇ ਦੇ ਮੂੰਹ ਤੇ ਮਾਰਿਆ ਸੀ ਉਹ ਬੰਦਾ ਹੁਣ ਇਸ ਸਰਕਾਰ ਨੂੰ ਗਿਲਤੀ ਕਹਿ ਰਿਹਾ ਔਰ ਇਹਨਾਂ ਦਾ ਐਮ.ਐਲ.ਏ ਆ ਏਮ ਰਾਈਟ ਕੋਈ ਪੁੱਛ ਨਹੀਂ ਪੁੱਛ ਰਿਹਾ ਇਹਨਾਂ ਨੂੰ ਵੀ ਉਹ ਕੀ ਬਣਿਆ ਜਿਹੜੀਆਂ ਤੁਸੀਂ ਗੱਲਾਂ ਕਹਿੰਦੇ ਸੀ ਉਹ ਸਾਹਮਣੇ ਕਿਉਂ ਨਹੀਂ ਲਿਆ ਰਹੇ ਹੁਣ ਥੋੜੀ ਉਦੋਂ ਤਾਂ ਕਹਿੰਦੇ ਸੀ ਜੀ 75 25 ਕਾਂਗਰਸ ਨਾਲ ਹੋ ਗਈ ਹੁਣ ਇਹਨਾਂ ਨਾਲ ਵੀ 75 25 ਹੈ ਤੁਹਾਨੂੰ ਕਿਉਂ ਲੱਗਦਾ ਕਿ ਤੁਹਾਨੂੰ ਕਟਾਰੇ ਵਿੱਚ ਕਿਉਂ ਖੜਾ ਕੀਤਾ ਜਾਂਦਾ ਓਬਵੀਅਸ ਗੱਲ ਹੈ ਮੈਂ ਇਹ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਜੇ ਤੁਹਾਡੇ ਕੋਲ ਵਕਤ ਹੈ ਤਾਂ ਇਹ ਤਾਂ ਬਹੁਤ ਚੰਗਾ ਕੀਤਾ ਤੁਸੀਂ ਸਵਾਲ ਕਰ ਲਿਆ ਕਿਉਂ ਮੈਂ ਇੱਧਰ ਐਕਚੁਅਲੀ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਪਾਸੇ ਇੱਕ ਅਲੱਗ ਪ੍ਰੋਗਰਾਮ ਚਾਹੀਦਾ ਹੈ ਪਰ ਮੈਂ ਤੁਹਾਨੂੰ ਬਰੀਫਲੀ ਦੱਸ ਦਿੰਦਾ ਨਾ ਕੀ ਗੱਲ ਹੈ ਇਹ ਅੱਜ ਦੀ ਗੱਲ ਨਹੀਂ ਹੈ ਇਸ ਮੁਲਕ ਦੇ ਵਿੱਚ ਸਿੱਖ ਸਿਆਸਤ ਕੌਮਿਆਂ ਚ ਸਿੱਖ ਸਿਆਸਤ ਇਹ ਸ਼ਬਦ ਐਕਸੈਪਟੇਬਲ ਹੀ ਨਹੀਂ ਹੋਏ ਕੇਂਦਰ ਸਰਕਾਰ ਨੂੰ ਕਿਸੇ ਵੀ ਕੇਂਦਰ ਸਰਕਾਰ ਨੂੰ ਤੁਸੀਂ ਜਿੰਨੇ ਆਪਣੇ ਜੋਰ ਨਾਲ ਚਲਾ ਲਈ ਚਲਾ ਲਈ ਜਿੰਨੇ ਆਪਣੇ ਪੰਥ ਨੂੰ ਨਾਲ ਲੈ ਕੇ ਸੰਗਤਾਂ ਨੂੰ ਨਾਲ ਲੈ ਕੇ ਚਲਾ ਲਈ ਚਲਾ ਲਈ ਲੇਕਿਨ ਸ਼ੁਰੂ ਤੋਂ ਇਹ ਰਿਹਾ ਔਰ ਹਰ ਹਰ ਵਾਰ ਪੜ ਤਿਆ ਗਿਆ ਕਾਨੂੰਨੀ ਵੀ ਵੀ ਜੇ ਅਸੀਂ ਬੋਰਡ ਬਣਾ ਦਾਂਗੇ ਐਸਜੀਪੀਸੀ ਭੰਗ ਕਰਕੇ ਉਹ ਵੀ ਦੂਜੇ ਚੋਂ ਬੰਦੇ ਖੜੇ ਖੜੇ ਕਰਕੇ ਵੀ ਉਹ ਸਾਧ ਸੰਗਤ ਬੋਰਡ ਕਦੇ ਖੜਾ ਕਰਤਾ ਕਦੇ ਕੁਝ ਕਰਤਾ ਯਾਨੀ ਕਨਫਿਊਜ਼ਨ ਪੂਰਾ ਕੌਮ ਦੇ ਵਿੱਚ ਰੱਖੋ ਜੇ ਉਹ ਵੀ ਨਹੀਂ ਚੱਲਿਆ ਤਾਂ ਤਾਕਤ ਵੀ ਵਰਤੀ ਗਈ ਤੁਹਾਨੂੰ ਪਤਾ ਹੀ ਆ ਅਮਰਿੰਦਰ ਸਿੰਘ ਨੇ ਵੀ ਜਬਰੀ ਵੀ ਐਸਜੀਪੀਸੀ ਤੋੜਨ ਦੀ ਕੋਸ਼ਿਸ਼ ਕੀਤੀ ਸੀ ਉਹ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਵੀ ਫੌਜਾਂ ਨਾਲ ਕੀਤਾ ਗਿਆ ਸੀ ਲੇਕਿਨ ਇਹ ਦੇਖਿਆ ਗਿਆ ਕਿ ਜਿੰਨੀ ਤਾਕਤ ਸਿੱਖ ਕੌਮ ਦੇ ਖਿਲਾਫ ਵਰਤਦੇ ਆ ਉੰਨੀ ਸਿੱਖ ਕੌਮ ਹੋਰ ਤਾਕਤਵਰ ਹੋ ਕੇ ਨਿਕਲਦੀ ਆ ਤਾਂ ਤੀਜਾ ਫਿਰ ਇਹ ਨਵਾਂ ਤਰੀਕਾ ਵਰਤਿਆ ਗਿਆ ਕਿ ਕੋਈ ਐਦਾਂ ਦਾ ਕੰਮ ਕਰੋ ਕਿ ਜਿਹੜੇ ਸਿੱਖ ਕੌਮ ਦੇ ਰਿਪਰੈਜ਼ੈਂਟੇਟਿਵ ਆਪਣੇ ਆਪ ਨੂੰ ਕਹਿੰਦੇ ਆ ਆਪਣੇ ਨੂੰ ਪੰਥਕ ਕਹਿੰਦੇ ਆ ਇਹਨਾਂ ਨੂੰ ਪੰਥਰੇ ਦੇ ਦਿਲਾਂ 'ਚੋਂ ਲਾ ਦਿਓ ਮੇਰਾ ਹੈ ਮੈਂ ਤੁਹਾਨੂੰ ਤੁਸੀਂ ਮੈਨਾਂ ਕੋਈ ਪ੍ਰੋਗਰਾਮ ਕਰਿਓ ਪੂਰੇ ਦਾ ਪੂਰਾ ਮੈਂ ਤੁਹਾਨੂੰ ਦਊਂਗਾ ਫੈਕਟਸ ਵੀ ਦਊਂਗਾ ਇਹ ਇੱਕ ਪੂਰੀ ਕਾਂਸਪੀਰੇਸੀ ਹੈ ਕਿ ਅਕਾਲੀ ਦਲ ਨਹੀਂ ਬਚਣਾ ਚਾਹਦਾ ਚਾਹੀਦਾ ਹੋਰ ਜਿਹੜੇ ਮਰਜੀ ਆ ਜਾਏ ਔਰ ਇਹਨਾਂ ਨੂੰ ਇਹ ਜੇ ਤੁਸੀਂ ਸਿਕਸ ਸੈਸ਼ਨ ਗੱਲ ਪੂਰੀ ਕਰ ਲੈਂਦੇ ਹਾਂ ਬੋਲੋ ਸਰ ਬੋਲੋ ਉਹਦੇ ਲਈ ਹਰ ਹਰਬਾ ਵਰਤਿਆ ਜਾਏਗਾ ਉਹਦੇ ਵਰਤਿਆ ਗਿਆ ਔਰ ਵਰਤਿਆ ਜਾ ਰਿਹਾ ਕਿ ਇਦਾਂ ਦੇ ਕੰਮ ਕਰੋ ਇੱਥੇ ਕਦੇ ਇਦਾਂ ਦੇ ਚਿਹਰੇ ਲਿਆ ਦਿਓ ਅਕਾਲੀ ਦਲ ਤੋਂ ਪਰੇ ਹਟਾ ਦਿਓ ਉਧਰ ਮੈਂ ਤੁਹਾਨੂੰ ਹੋਰ ਦੱਸਾਂ ਕੋਈ ਵੀ ਸਰਕਾਰ ਦੁਨੀਆ ਦੀ ਕਿਸੇ ਗਰਮ ਚਿਹਰੇ ਤੋਂ ਨਹੀਂ ਡਰਦੀ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਇਹਨੂੰ ਕਦੇ ਨੱਕਦੇ ਸੀ ਰਾਮ ਨਾਲ ਕੋਈ ਬਹਾਨਾ ਮਾਰ ਕੇ ਅਸੀਂ ਅਮਨ ਭੰਗ ਹੋ ਗਿਆ ਜੀ ਫਲਾਨਾ ਹੋ ਗਿਆ ਜੀ ਇਹ ਹੋ ਗਿਆ ਜੀ ਢੀਲ ਕਰ ਲਾਂਗੇ ਡੈਮੋਕਰੈਟਿਕ ਮੂਵਮੈਂਟ ਤੋਂ ਸਾਰੀਆਂ ਸਰਕਾਰਾਂ ਡਰਦੀਆਂ ਹੁੰਦੀਆਂ ਨਹੀਂ ਤੁਸੀਂ ਮੈਨੂੰ ਇਹ ਇੱਕ ਚੀਜ਼ ਪੁਲਿਸ ਗੱਲ ਕਰ ਲੈਂਦੇ ਹੋ ਡੈਮੋਕਰੈਟਿਕ ਮੂਵਮੈਂਟ ਤੋਂ ਸਾਰੀਆਂ ਸਰਕਾਰਾਂ ਡਰਦੀਆਂ ਔਰ ਪੰਜਾਬ ਵਿੱਚ ਡੈਮੋਕਰੈਟਿਕ ਪੀਸਫੁਲ ਮੂਵਮੈਂਟ ਸਿਰਫ ਅਕਾਲੀਆਂ ਦੀ ਰਹੀ ਹੈ ਤੁਸੀਂ ਔਰ ਨਾਟ ਓਨਲੀ ਨਾਟ ਓਨਲੀ ਮੈਨੂੰ ਇੱਕ ਚੀਜ਼ ਦੱਸੋ ਬੜੇ ਸਿੰਪਲ ਨਾਲ ਪੁੱਛ ਰਿਹਾ ਤੁਸੀਂ ਪਿਛਲੇ ਕਿੰਨੇ ਸਾਲਾਂ ਦੇ ਵਿੱਚ ਡੈਮੋਕਰੈਟਿਕ ਮੂਵਮੈਂਟ ਛੇੜੀਆ ਜਿੰਨ ਨਿਸਕਾਰਾਂ ਦਾ ਮੈਂ ਕਹਿੰਦਾ ਡਰਦੀਆਂ ਸੀ ਤਾਂ ਹੀ ਸਾਰਾ ਕੁਝ ਹੋ ਰਿਹਾ ਨਾ ਵੀਕ ਕਰੋ ਸਰ ਡਰਦੀਆਂ ਸੀ ਉਹ ਇਤਿਹਾਸ ਤੁਹਾਡਾ ਡਰਦੀਆਂ ਸੀ ਮੋਰਚੇ ਲਾਏ ਤੁਸੀਂ ਬਹੁਤ ਵੱਡਾ ਦਾਲਾ ਤੁਹਾਡਾ 103 ਸਾਲ ਪੁਰਾਣੀ ਪਾਰਟੀ ਹੈ ਤੁਸੀਂ ਪਿਛਲੇ 20 30 ਸਾਲਾਂ ਦੇ ਵਿੱਚ ਮੈਨੂੰ ਕੋਈ ਗਨਾਸਾ ਦਿਓ ਸਰ ਕੋਈ ਡੈਮੋਕਰੇਟੀ ਮੂਵਮੈਂਟ ਜਿੰਨੇ ਦੇ ਨਾਲ ਸਰਕਾਰ ਡਰੀ ਹੋਵੇ ਤੁਸੀਂ 20 30 ਸਾਲ ਦੀ ਗੱਲ ਕਰਦੇ ਆ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਅਬੰਦੀ ਸਿੰਘਾਂ ਉੱਤੇ ਪੂਰਾ ਦਿੱਲੀ ਜਾਮ ਕਰਤਾ ਸੀ ਅਸੀਂ ਅਜੇ ਮੇਰਾ 3-4 ਸਾਲ ਦੀ ਗੱਲ ਹੈ ਠੀਕ ਹੈ ਪੂਰਾ ਔਰ ਰਾਸ਼ਟਰਪਤੀ ਭਵਨ ਦੇ ਵਿੱਚ ਮਰੇ ਜਾ ਰਹੇ ਫਿਰ ਅਸੀਂ 10 ਨੰਬਰ ਕੋਲੇ ਜਾ ਰਹੇ ਸੀਗੇ ਔਰ ਉਹਦਾ ਸਿਰਸਾ ਸਾਹਿਬ ਵੀ ਸਾਡੇ ਨਾਲ ਸੀਗੇ ਵਾਹਿਦਾ ਹੋਏ ਇਹਨਾਂ ਦੀਆਂ ਫੋਟੋਆਂ ਬੜੀਆਂ ਬੜੀਆਂ ਛਪਕੀਆਂ ਸੀ ਉਦੋਂ ਸਮਝਦੇ ਆ ਲੇਕਿਨ ਹੁਣ ਜਿਹੜੇ ਹਾਲਾਤ ਕੀਤੇ ਗਏ ਇਹ ਕੀਤੇ ਗਏ ਆ ਔਰ ਦੂਜੀ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਹਮੇਸ਼ਾ ਹੀ ਤਾਂ ਯੁੱਗ ਬਦਲਦਾ ਨਾ ਤੇ ਤਰੀਕੇ ਵੀ ਬਦਲਦੇ ਆ ਹੁਣ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਆਣ ਤਾਂ ਤੁਹਾਡੇ ਖਿਆਲ ਜੋ ਮਾਡਰਨ ਤਰੀਕੇ ਉਹ ਨਹੀਂ ਲੈਣਗੇ ਜਾਂ ਮਾਡਰਨ ਵੈਪਨਸ ਉਹ ਨਹੀਂ ਯੂਜ਼ ਕਰਨਗੇ ਜਾਂ ਹੋਰ ਤਰੀਕੇ ਤੌਰ ਤਰੀਕੇ ਜੋ ਮੀਡੀਆ ਦਾ ਹੀ ਹੈਗੇ ਨਾ ਜਾਂ ਜਿਹੜਾ ਟੈਕਨੋਲੋਜੀ ਆ ਕਰਨਗੇ ਨਾ ਤਰੀਕੇ ਵੀ ਬਦਲਦੇ ਆ ਹੁਣ ਕੀ ਹੋ ਗਿਆ ਹੈ ਕਿ ਹੁਣ ਜਿੱਦਾਂ ਤੁਸੀਂ ਦੇਖੋ ਸਾਰੀਆਂ ਪਾਰਟੀਆਂ ਜੀ ਦੇਖੋ ਕਿਸੇ ਟਾਈਮ ਲੈਫਟ ਦਾ ਕਿੰਦਾ ਹੁੰਦਾ ਸੀਗਾ ਕਿੰਨੀ ਮਾਸ ਮੂਵਮੈਂਟ ਤੁਸੀਂ ਬੰਗਾਲ ਸਾਰੇ ਦਾ ਸਾਰਾ ਟੱਪ ਹੋ ਜਾਂਦਾ ਸੀਗਾ ਹੁਣ ਫਾਈਟ ਕਰਨ ਦੇ ਤਰੀਕੇ ਵੀ ਬਦਲੇ ਆ ਹੁਣ ਤਾਂ ਦੁਨੀਆ 'ਚ ਜੰਗਾਂ ਦੇ ਤਰੀਕੇ ਬਦਲ ਗਏ ਆ ਚਲੋ ਤੁਸੀਂ ਇੱਕ ਸਿੱਖ ਸਿਆਸਤ ਦਾ ਸ਼ਬਦ ਵਰਤੇ ਆ ਬਹੁਤ ਬਹੁਤ ਵਧੀਆ ਲੱਗਾ ਸਿੱਖ ਸਿਆਸਤ ਤੁਸੀਂ ਕਿਹਾ ਜੀ ਤੁਸੀਂ ਇਹ ਕਿਹਾ ਵੀ ਦਿੱਲੀ ਐਕਸੈਪਟ ਨਹੀਂ ਕਰਦੀ ਉਹਨੂੰ ਕੇਂਦਰ ਐਕਸੈਪਟ ਨਹੀਂ ਕਰਦੀ ਇੰਚ ਤੁਸੀਂ ਆਪਦੀ ਵੀ ਗਲਤੀ ਮੰਨਦੇ ਹੋ ਕੋਈ ਸਿੱਖ ਸਿਆਸਤ ਨੂੰ ਐਕਸੈਪਟ ਕਰਾਉਣ ਲਈ ਤੁਸੀਂ ਗਏ ਸੀ ਬੀਜਪੀ ਨਾਲ ਮੈਂ ਕਹਿੰਨਾ ਜਿਹੜੀ ਸਾਜ਼ਿਸ਼ ਹੋਈ ਸਾਡੇ ਖਿਲਾਫ ਮੈਂ ਉਹੀ ਕਹਿ ਰਿਹਾ ਨਾ ਔਰ ਨਵੀਂ ਨਹੀਂ ਹੋਈ ਹੈ ਇਹ ਸੌਰੀ ਕਾਮਯਾਬ ਹੋ ਗਈ ਪਹਿਲਾਂ ਲਗਾਤਾਰ ਚੱਲਦੀ ਮੈਂ ਤੁਹਾਨੂੰ ਮੈਂ ਪੂਰਾ ਪ੍ਰੋਗਰਾਮ ਕਰਿਓ ਮੈਂ ਤੁਹਾਨੂੰ ਫੈਕਟਸ ਦਊਗਾ ਪੂਰੇ ਔਰ ਇਹ ਲਗਾਤਾਰ ਚੱਲਦੀ ਰਹੀ ਹੈ ਹੁਣ ਲਾਸਟ ਜਿਹੜਾ ਇਹਨਾਂ ਦਾ ਜਿਹੜੇ ਕਾਮਯਾਬ ਹੋਇਆ ਉੱਥੇ ਹੋਇਆ ਵੀ ਇਹਨਾਂ ਨੇ ਇੱਥੇ ਕੀਤਾ ਵੀ ਪੰਥ ਨਾਲ ਲੜਿਆ ਨਹੀਂ ਜਾ ਸਕਦਾ ਪੰਥ ਨੂੰ ਆਪਸ ਵਿੱਚ ਹੀ ਲੜਾਇਆ ਜਾ ਸਕਦਾ ਇਹ ਇਹ ਸਾਜ਼ਿਸ਼ ਚੱਲੀ ਔਰ ਇਹਦੇ ਵਿੱਚ ਫਿਰ ਉਹ ਮਾਹੌਲ ਖੜਾ ਕੀਤਾ ਗਿਆ ਵੀ ਪ੍ਰਕਾਸ਼ ਸਿੰਘ ਬਾਦਲ ਉਸਨੇ ਐਟ ਦਾ ਪੀਕ ਆਫ ਹਿਸ ਪਪੂਲਾਰਿਟੀ ਸੀਗੇ ਜਦੋਂ ਇਹ ਸਾਰੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋਈਆਂ ਉਹ ਸਾਰੀਆਂ ਸੀਕੁਐਂਸ ਜਿਹੜੀਆਂ ਹੋਈਆਂ ਇੱਕਦਮ ਥੱਲੇ ਆਏ ਕਿਉਂਕਿ ਸਿੱਖ ਕੌਮ ਦੇ ਮਨਾਂ ਦੇ ਵਿੱਚ ਸ਼ੰਕਾ ਪਾਤਾ ਔਰ ਸਿੱਖ ਕੌਮ ਦੇ ਮਨਾਂ ਸ਼ੰਕਾ ਪਾਤਾ ਹੁਣ ਸਿੱਖ ਕੌਮ ਦਾ ਲੀਡਰ ਕੌਣ ਹੈ ਤੁਸੀਂ ਦੇਖ ਲਿਓ ਤੁਹਾਡੇ ਸਾਹਮਣੇ ਆਏਗਾ ਤੁਹਾਡੇ ਸਾਹਮਣੇ ਆਏਗਾ ਕਿ ਕੌਮ ਨੂੰ ਲੀਡਰਲੈਸ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਕਿ ਕੋਈ ਵੀ ਨਾ ਹੋਵੇ ਇਹਨਾਂ ਨੂੰ ਐਦਾਂ ਰੱਖੋ ਵੀ ਕਦੇ ਜੀ ਅੰਮ੍ਰਿਤਪਾਲ ਸਿੰਘ ਦੇ ਮਗਰ ਲੱਜਾਓ ਕਰੇ ਸਿਮਰਜੀਤ ਮਾਨ ਦੇ ਮਗਰ ਲੱਜਾਓ ਕਦੇ ਭਾਈ ਰੋਡੇ ਦੇ ਮਗਰ ਲੱਜਾਓ ਕਦੇ ਤੁਸੀਂ ਕੋਈ ਹੋਰ ਨਵਾਂ ਲਿਆਓ ਹੁਣ ਆਹ ਬੰਦੇ ਖੜੇ ਕਰ ਦਿਓ ਐ ਕਰ ਦਿਓ ਇਹ ਸਾਰਾ ਕੁਝ ਚੱਲ ਰਿਹਾ ਖਤਮ ਕਿੰਨੂੰ ਕਰਨਾ ਸਿਰਫ ਇੱਕ ਪਾਰਟੀ ਨੂੰ ਨਹੀਂ ਉਹਨਾਂ ਨੇ ਖੜੇ ਕੀਤੇ ਇਹ ਵੀ ਮੈਨੂੰ ਇਹ ਦੱਸੋ ਤੁਸੀਂ ਮੈਂ ਹੁਣ ਸਾਰੀ ਗਲਤੀ ਸਿਰ ਮੇਰੇ ਮੂੰਹੋਂ ਕਹਾਂ ਨਾ ਮੈਂ ਕਹਿੰਦਾ ਪੂਰਾ ਪ੍ਰੋਗਰਾਮ ਰੱਖੋ ਮੈਂ ਤੁਹਾਨੂੰ ਡਾਕੂਮੈਂਟ ਵੀ ਦਾਂ ਇਹ ਤਾਂ ਸਰ ਬੜਾ ਸਿੰਪਲ ਜਵਾਬ ਹੈ ਮੈਂ ਤੁਹਾਨੂੰ ਸਾਫ਼ ਤੱਕ ਕਰੀ ਉਹਨਾਂ ਨੇ ਖੜੇ ਕੀਤੇ ਜਾਂ ਤੁਹਾਨੂੰ ਮੇਰੀ ਸਾਰੀ ਗੱਲ ਤੋਂ ਕੀ ਸਮਝ ਆਇਆ ਨਹੀਂ ਨਹੀਂ ਨਾ ਮੈਨੂੰ ਇੱਕ ਚੀਜ਼ ਸਮਝਾ ਦਿਓ ਸਰ ਜਾਂ ਪੰਥਕ ਲੀਡਰਸ਼ਿਪ ਦੇ ਵਿੱਚ ਕੋਈ ਖਲਾਅ ਹੈ ਜਿੰਦੇ ਵਿੱਚ ਲੋਕ ਐਕਟਿਵ ਹੈ ਪਰ ਲੀਡਰਸ਼ਿਪ ਐਕਟਿਵ ਨਹੀਂ ਹੈ ਮੈਂ ਬੇਨਤੀ ਕਰਾਂ ਖਲਾਅ ਕਦਾ ਹੈ ਜੀ ਖਲਾਅ ਨਹੀਂ ਹੈਗਾ ਇੱਕ ਪ੍ਰਕਾਸ਼ ਸਿੰਘ ਬਾਦਲ ਚਲੇਗਾ ਤਾਂ ਖਲਾਅ ਹੋ ਗਿਆ ਇਹਦਾ ਮਤਲਬ ਬਾਕੀ ਕੋਈ ਇਹ ਆਪਣੇ ਆਪ ਨੂੰ ਮੰਨਦੇ ਆ ਸਾਡੇ ਕੋਲ ਹੈ ਹੀ ਕੱਖ ਨਹੀਂ ਟੀਸਾ ਸਾਹਿਬ ਸਿਗੇ ਸੰਭਾਲ ਬਰੰਪੁਰਾ ਸਾਹਿਬ ਸਿਗੇ ਸੰਭਾਲ ਲੈਂਦੇ ਚੰਦੂ ਅਧਰਾ ਸਾਹਿਬਾ ਸਵਾਲ ਲੈ ਇੱਕ ਮਿੰਟ ਗੱਲ ਕਰ ਲੈਂਦੇ ਫਿਰ ਸਾਹਿਬ ਖਡੂਰ ਸਾਹਿਬ ਫਿਰ ਵੇਟ 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 ਅ ਸੈਕਿੰਡ ਵੇਟ ਅ ਸੈਕਿੰਡ ਨਾ ਤੁਸੀਂ ਕਮਾਲ ਦੀ ਗੱਲ ਪੜੇ ਲਿਖੇ ਬੰਦੇ ਮੈਂ ਤੁਹਾਨੂੰ ਸਮਝਾਤ ਕੀ ਰਿਹਾ ਸਾਰਾ ਜੀ ਕਿ ਕੌਮ ਦੇ ਮਨਾਂ ਦੇ ਵਿੱਚ ਸ਼ੰਕੇ ਖੜੇ ਕਰ ਦਿੱਤੇ ਗਏ ਆ ਹੋਰ ਕੀ ਹੋਏਗਾ ਬਦਾ ਰਿਜ਼ਲਟ ਖਡੂਰ ਸਾਹਿਬ ਹੀ ਹੋਏਗਾ ਹੋਰ ਕੀ ਹੋਏਗਾ ਉਸ ਸ਼ੰਕੇ ਆ ਨਤੀਜਾ ਸਾਡੇ ਖਿਲਾਫ ਸ਼ੰਕੇ ਹੋਏਗਾ ਤਾਂ ਲੋਕ ਵੋਟ ਸਪੋਰਟ ਸਾਨੂੰ ਕਿਵੇਂ ਪਾਣਗੇ ਦੱਸੋ ਮੈਨੂੰ ਠੀਕ ਹੈ ਨਾ ਇਹ ਸ਼ੰਕੇ ਖੜੇ ਕੀਤੇ ਹੋਏ ਦੂਰ ਕਰਨੇ ਪੈਣਗੇ ਨਹੀਂ ਤੁਸੀਂ ਦੂਰ ਕਰਨੇ ਪੈਣ ਤੁਸੀਂ ਮੈਨੂੰ ਐਂ ਲੱਗਦਾ ਤੁਹਾਡੀ ਲੀਡਰਸ਼ਿਪ ਕਨਫਿਊਜ਼ ਲੱਗਦੀ ਪਈ ਐ ਅਮਰਤਪਾਲ ਦੇ ਮਾਮਲੇ ਵਿੱਚ ਜਾਂ ਸਰਜੀ ਸਿੰਘ ਖਾਲਸਾ ਦੇ ਮਾਮਲੇ ਵਿੱਚ ਡਿਟੇਲਸ ਸਵਾਲ ਕਰੋ ਇਹਦਾ ਆਮ I'm very happy you asked me ਮੈਂ ਹੀ ਸਵਾਲ ਕਰ ਰਿਹਾ ਪਰ ਕੋਈ ਕੋਈ ਸਾਡੇ ਤੁਹਾਡੀ ਤੁਹਾਡੀ ਬੈਠਕਾਂ ਦੇ ਵਿੱਚ ਕੀ ਇਹ ਮੰਥਨ ਨਹੀਂ ਹੋਇਆ ਸੀਗਾ ਕਿ ਅਮਰਤਪਾਲ ਸਿੰਘ ਦੇ ਹੱਕ ਵਿੱਚ ਸਾਨੂੰ ਆਪਣਾ ਕੈਂਡੀਡੇਟ ਬਿਠਾ ਦੇਣਾ ਚਾਹੀਦਾ ਇਹ ਇੱਕ ਹੋਰ ਕਮੇਟੀ ਦਾ ਫੈਸਲਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਿਸੇ ਰੈਡੀਕਲ ਵਿਚਾਰਧਾਰਾ ਦੇ ਨਾਲ ਨਹੀਂ ਜਾ ਸਕਦਾ ਇਸ ਕਰਕੇ ਆਪਾਂ ਉੱਥੇ ਕੈਂਡੀਡੇਟ ਖੜੇ ਕਰਾਂਗੇ ਇਹ ਕੋਈ ਸੁਖਵੀਰ ਸਿੰਘ ਬਾਦਲ ਦਾ ਫੈਸਲਾ ਨਹੀਂ ਸੀਗਾ ਸੁਖਵੀਰ ਸਿੰਘ ਬਾਦਲ ਦਾ ਇੱਕ ਫੈਸਲਾ ਵੀ ਨਹੀਂ ਹੈ ਮੈਂ ਤੁਹਾਨੂੰ ਇਹ ਦਾਅਵੇ ਨਾ ਕਰ ਰਿਹਾ ਤੁਸੀਂ ਬੰਦੇ ਸਾਹਮਣੇ ਬਿਠਾ ਲਓ ਜਿਹੜੇ ਰੋਧ ਕਰਦੇ ਫੇ ਸਾਹਮਣੇ ਗੱਲ ਕਰਾਂਗਾ ਸਾਰੇ ਫੈਸਲੇ ਕੋਰ ਕਮੇਟੀ ਕਰਦੀ ਹੈ ਸਾਰੇ ਫੈਸਲੇ ਮੈਨੂੰ ਇਹ ਲਾਸਟ ਟਾਈਮ ਕੋ ਕਹਿ ਰਿਹਾ ਸੀਗਾ ਬਰ ਅਨਾਉਂਸ ਤੋਂ ਵੀਰ ਸਿੰਘ ਬਾਦਲ ਨੇ ਕਿਹਾ ਮੈਂ ਅਨਾਉਂਸ ਦਾ ਮੈਂ ਵੀ ਕਰ ਦਿੰਦਾ ਅਨਾਉਂਸ ਡਾਕਟਰ ਟੀਮਾ ਵੀ ਕਰ ਦਿੰਦੇ ਅਸੀ ਅਮਰਤਪਾਲ ਸਿੰਘ ਨੂੰ ਰੈਡੀਕਲ ਸੋਚ ਦੇ ਧਾਰਨੀ ਮੰਨਦੇ ਹੋ ਨਹੀਂ ਹੈ ਨਹੀਂ ਕਿ ਉਹ ਤਾਂ ਕਹਿੰਦੇ ਆ ਸਰਜੀ ਸਿੰਘ ਖਾਲਸਾ ਨੂੰ ਵੀ ਰੈਡੀਕਲ ਨੇ ਉਹ ਯਾਰ ਸਰਜੀਤ ਖਾਲਸਾ ਬਾਰੇ ਅਜੇ ਕਲੈਰਿਟੀ ਨਹੀਂ ਹੈ ਲੇਕਿਨ ਪ੍ਰਭਾਵ ਇਹ ਸੀਗਾ ਚਲ ਇੱਕ ਹੋਰ ਛੋਟਾ ਬ੍ਰੇਕ ਲੈ ਕੇ ਬਾਅਦ ਸਾਰੇ ਆ ਬੈਂਸ ਸਾਹਿਬ ਤੋਂ ਬਹੁਤ سارے ਸਵਾਲ ਅਸੀਂ ਲਵਾ ਕੇ ਮੈਂ ਤੁਹਾਨੂੰ ਪਹਿਲਾਂ ਹੀ ਵਾਅਦਾ ਕਰ ਚੁੱਕਿਆ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਸਾਰੇ ਸਵਾਲ ਇਸ ਇੰਟਰਵਿਊ ਵਿੱਚ ਜ਼ਰੂਰ ਪੁੱਛੇ ਜਾਣਗੇ ਵਾਪਸ ਆ ਰਹੇ ਹਾਂ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਬੈਂਸ ਸਾਹਿਬ ਬੈਂਸ ਸਾਹਿਬ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਬੀਜੇਪੀ ਦੇ ਏਜੰਟ ਆ ਉਹ ਆਪਰੇਸ਼ਨ ਲੂਟਸ ਹੈ ਬੈਂਸ ਸਾਹਿਬ ਹੁਣ ਤੁਸੀਂ ਬੀਜੇਪੀ ਨਾਲ ਨਹੀਂ ਹੈਗੇ ਤੇ ਹੋਰ ਕੋਈ ਬੀਜੇਪੀ ਨਾਲ ਦਵਾਰ ਖੁੱਲੇ ਨਾ ਰੱਖੇ ਤੁਸੀਂ ਇਸ ਕਰਕੇ ਸਭ ਕੁਝ ਕਰ ਰਹੇ ਨਹੀਂ ਨਹੀਂ ਮੈਂ ਪਹਿਲਾਂ ਤਾਂ ਬੀਜੇਪੀ ਕੋਲ ਇਹ ਕਲੀਅਰ ਕਰ ਦਵਾਂ ਅਸੀਂ ਖੁਦ ਬੀਜੇਪੀ ਨਾਲ ਨਹੀਂ ਆ ਆ ਥੋੜਾ ਸਤਿ ਸ੍ਰੀ ਅਕਾਲ ਨਹੀਂ ਰਹੇ 1996 ਤੋਂ ਲੈ ਕੇ 2000 ਅ ਲੰਗ ਪੱਕ 22 ਦਿਨਾਂ ਦੇ ਨੇੜੇ ਤਿੱਕ ਰਹੇ ਤੋਂ ਥੋੜਾ ਜਿਹਾ ਪਹਿਲਾਂ ਤੱਕ ਕਿਸਾਨ ਅੰਦੋਲਨ ਤੁਸੀਂ ਕਹੇ ਸੀ ਜਦ ਤੱਕ ਕਿਸਾਨ ਅੰਦੋਲਨ ਤੱਕ ਰਹੇ ਹਰਸ਼ ਚੰਦਕਾਲ ਨੇ ਅਸਤੀਫਾ ਦਿੱਤਾ ਆਪਣੇ ਕੈਬਨਿਟ ਤੋਂ ਉਹ ਤੱਕ ਰਹੇ ਹਾਂ ਤਾਂ ਮੈਂ ਤਾਂ ਨਹੀਂ ਕਹਿ ਰਿਹਾ ਕਿ ਭਾਜਪਾ ਨਾਲ ਸਮਝੌਤਾ ਹੋ ਰਹੀ ਸਕਦਾ ਪਰ ਹੁਣ ਨਹੀਂ ਹੋ ਸਕਦਾ ਮੈਂ ਦੱਸਾਂ ਕਿਉਂ ਜਦੋਂ ਸਮਝੌਤਾ ਕੀਤਾ ਸੀ ਅਕਾਲੀ ਦਲ ਨੇ ਭਾਜਪਾ ਨਾਲ ਤਾਂ ਕੋਈ ਘਰੇ ਬੈਠ ਕੇ ਨਹੀਂ ਸੀ ਕਰ ਲਿਆ ਸਮਝੌਤਾ ਕਰਕੇ ਪੰਥ ਦੀਆਂ ਸਫਾਂ ਚ ਗਏ ਸੀ ਵੀ ਆ ਸਮਝੌਤਾ ਕਰ ਲਿਆ ਤੁਸੀਂ ਮਨਜ਼ੂਰ ਕਰਦੇ ਹੋ ਚਾਰ ਇਲੈਕਸ਼ਨਾਂ ਉਤੋਂ ਬਾਅਦ ਵਿਧਾਨ ਸਭਾ ਦੀਆਂ ਹੋਈਆਂ ਤੇ ਲਗਭਗ ਇੰਨੀਆਂ ਹੀ ਲੋਕ ਸਭਾ ਦੀਆਂ ਹੋਈਆਂ ਤੇ ਹੋਰ ਜਿਹੜੀਆਂ ਚੋਣਾਂ ਹੁੰਦੀਆਂ ਨੇ ਆ ਪਬਲਿਕ ਪਲੇਟਫਾਰਮ ਤੇ ਆ ਕੇ ਕੀਤਾ ਸੀਗਾ ਵੀ ਆ ਅਸੀਂ ਕਰਕੇ ਆਏ ਆ ਤੁਹਾਡੀਆਂ ਸਫਾਂ ਚ ਆ ਰਹੇ ਆ ਜੇ ਲੋਕ ਕੀ ਰਿਜੈਕਟ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਸੀਗੇ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਅਪਰੂਵ ਕੀਤਾ ਲੇਕਿਨ ਉਹ ਬਾਜਪਾਈ ਦੀ ਉਹ ਸਮਝੌਤਾ ਬਿਨਾਂ ਸ਼ਰਤ ਸੀਗਾ ਯਾਰ ਇਹ ਮੈਨੂੰ ਇਹ ਕਦੇ ਸਮਝ ਨਹੀਂ ਆਈ ਇਹ ਬਿਨਾਂ ਸ਼ਰਤ ਦਾ ਕੀ ਮੈਨਾ ਹੁੰਦਾ ਕਿਉਂਕਿ ਹੁਣ ਤੱਕ ਸ਼ਰਤਾਂ ਰੱਖੀਆਂ ਸੀ ਨਾ ਨਹੀਂ 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 ਉਦੋਂ ਵੀ ਸ਼ਰਤਾਂ ਸੀਗੀਆਂ ਤੁਹਾਨੂੰ ਯਾਦ ਨਹੀਂ ਕਿ ਕਾਮਨ ਕਾਮਨ ਮਿਨਿਮਮ ਪ੍ਰੋਗਰਾਮ ਬਣਾਇਆ ਸੀਗਾ ਤੁਸੀਂ ਬੀਐਸਪੀ ਨਾਲ ਜਦੋਂ ਗੱਲ ਕਰ ਰਹੇ ਸੀਗੇ ਨਹੀਂ ਤੁਹਾਨੂੰ ਯਾਦ ਨਹੀਂਗਾ ਨਹੀਂ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਯਾਦ ਨਹੀਂਗਾ ਕਿ ਕਾਮਨ ਮਿਨਿਮਮ ਪ੍ਰੋਗਰਾਮ ਦੇ ਬੇਸ ਤੇ ਇਹ ਸਮਝਾਤਾ ਹੋਇਆ ਸੀਗਾ ਤੁਸੀਂ ਕਾਮਨ ਮਿਨਿਮਮ ਪ੍ਰੋਗਰਾਮ ਬਣਾਇਆ ਸੀ ਨਹੀਂ ਤੁਹਾਨੂੰ ਯਾਦ ਨਹੀਂਗਾ ਬਿਨਾਂ ਸ਼ਰਤ ਸਮਝੌਤਾ ਨਹੀਂ ਸੀ ਨਹੀਂ ਤੁਹਾਨੂੰ ਯਾਦ ਨਹੀਂ ਆਇਆ ਨਹੀਂ ਯਾਦ ਸਰ ਮੈਂ ਤਾਂ ਹੀ ਪੁੱਛ ਰਿਹਾ ਮੈਂ ਯਾਦ ਤੁਹਾਨੂੰ ਕਰਾ ਦਿੰਦਾ ਫਿਰ ਹਾਂ 1996 ਦੇ ਐਂਡ ਤੇ ਸਮਝੌਤਾ ਹੋਇਆ ਸੀਗਾ ਜਲੰਧਰ ਆ ਕੇ वाजਪਾਈ ਸਾਹਿਬ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕਾਮਨ ਮਿਨਿਮਮ ਉਦੋਂ ਆਪਣੇ ਮਦਦ ਲਾਲ ਖੁਰਾਨਾ ਜੀ ਵੀ ਜਿੱਦੇ ਹੁੰਦੇ ਸੀਗੇ ਅ ਉਦੋਂ ਦਿੱਲੀ ਦੇ ਮੁੱਖ ਮੰਤਰੀ ਉਦੋਂ ਬਰੰਪਰਾ ਸਾਹਿਬ ਵੀ ਸੀਗੇ ਟੋੜਾ ਸਾਹਿਬ ਵੀ ਸੀਗੇ ਸਾਰੇ ਇਕੱਠੇ ਸੀਗੇ ਟੋੜਾ ਸਾਹਿਬ ਵੀ ਨਾਲੇ ਬੈਠੇ ਸੀਗੇ ਕਾਮਨ ਮਿਨਿਮਮ ਪ੍ਰੋਗਰਾਮ ਉੱਥੇ ਜਾਰੀ ਕੀਤਾ ਗਿਆ ਸੀਗਾ ਕਿਉਂਕਿ ਪਹਿਲਾਂ ਡਿਸਕਸ ਹੋਇਆ ਸੀਗਾ ਵੀ ਆਹ ਮੰਗਾ ਅਕਾਲੀ ਦਲ ਦੀਆਂ ਆ ਇਹਨਾਂ ਨੂੰ ਅਸੀਂ ਛੱਡ ਕੇ ਸਮਝੌਤਾ ਨਹੀਂ ਕਰ ਸਕਦੇ ਉਹਨੇ ਕਿਹੜੀਆਂ ਕਿਹੜੀਆਂ ਮੰਗਾਂ ਸੀਗੀਆਂ ਚੰਡੀਗੜ੍ਹ ਵੀ ਸੀਗਾ ਪਾਣੀਆਂ ਦੀ ਵੀ ਸੀਗੀ ਖਾਲਸਾ ਪੰਥ ਦੀ ਅਲੱਗ ਹੋਂਦ ਇਹ ਵੀ ਵਰਡ ਵਿੱਚ ਸੀਗੇ ਅਨੰਦਪ੍ਰਸਾਦ ਦਾ ਮਤਾ ਵੀ ਸੀਗਾ ਫੈਡਰਲਿਜ਼ਮ ਵੀ ਸੀਗੀ ਵੀ ਇਹ ਸਾਡੇ ਸਾਡੇ ਜਿਹੜੇ ਸਾਡੇ ਬੇਸਿਕ ਆਈਡੀਓਲੋਜੀ ਆ ਕਿੰਨੀਆਂ ਡਿਮਾਂਡਸ ਸੀ ਟੋਟਲ ਉਹ ਨਹੀਂ ਟੋਟਲ ਨੰਬਰ ਤਾਂ ਮੈਨੂੰ ਯਾਦ ਨਹੀਂ ਆ ਨਿਕਾ ਲੇਕਿਨ ਆ ਤੁਹਾਨੂੰ ਦੱਸ ਰਿਹਾ ਨਾ ਕਿ ਜਿਹੜੀਆਂ ਅਕਾਲੀ ਦਲ ਦੀਆਂ ਉਹਨਾਂ 'ਚ ਇੱਕ ਦੱਸੋ ਕਿਹੜੀ ਹੱਲ ਹੋਈ ਹੈ ਸਰ ਇੰਨੇ ਸਾਲਾਂ 'ਚ ਮੈਂ ਪਹਿਲਾਂ ਤਾਂ ਇਹ ਦੱਸ ਸਕਦਾ ਕਿ ਜੇ ਅਕਾਲੀ ਸਰਕਾਰ ਨਾ ਹੁੰਦੀ ਤਾਂ ਇੱਥੇ ਐਸਬੀਆਰ ਉਹਨੂੰ ਬਣੀ ਹੁੰਦੀ ਉਹਦਾ ਰੀਜ਼ਨ ਦੱਸਦਾ ਮੈਂ ਸਪਰੀਮ ਕੋਰਟ ਨੇ ਆਰਡਰ ਕੀਤਾ ਸੀਗਾ 2001 ਦੇ ਨਵੰਬਰ ਦਸੰਬਰ ਦੀ ਗੱਲ ਹੈ ਉਹਨਾਂ ਨੇ ਪੰਜਾਬ ਸਰਕਾਰ ਨੂੰ ਆਰਡਰ ਕੀਤਾ ਸੀਗਾ ਸੁਪਰੀਮ ਕੋਰਟ ਦਾ ਆਰਡਰ ਜੇ ਕੋਈ ਸਰਕਾਰ ਨਹੀਂ ਮੰਦੀ ਉਹਦਾ ਕੀ ਰਿਜ਼ਲਟ ਹੁੰਦਾ ਹੁੰਦਾ ਸਰਕਾਰ ਡਿਸਮਿਸ ਹੁੰਦੀ ਹੈ ਕਨਸਟੀਟਿਊਸ਼ਨਲ ਬ੍ਰੇਕਡਾਊਨ ਹੋ ਜਾਂਦਾ ਨਾ ਜੇ ਤੁਸੀਂ ਸਰਕਾਰ ਡਿਸਮਿਸ ਨਹੀਂ ਕਰਦੇ ਤਾਂ ਮਤਲਬ ਕਨਸਟੀਟਿਊਸ਼ਨ ਨਹੀਂ ਹੈ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਲੇ ਕੀ ਕਿਹਾ ਸੀਗਾ ਕਿ ਮੇਰੀ ਸਰਕਾਰ ਨੂੰ ਡਿਸਮਿਸ ਕਰਨਾ ਕਰ ਦਿਓ ਮੈਂ ਨਹੀਂ ਇਹ ਕਰ ਸਕਦਾ ਲੇਕਿਨ ਇੱਥੇ ਗੱਲ ਮੁੱਕੀ ਨਹੀਂ ਸੀ ਤੁਸੀਂ ਕਹਦੇ ਹੋ ਹਾਂ ਜੀ ਬਿਆਨ ਦੇ ਦਿੱਤਾ ਸੀ ਨਹੀਂ ਮੰਨਿਆ ਜੇ ਤਾਂ ਐਡੀ ਕਿਹੜੀ ਗੱਲ ਹੋ ਗਈ ਉਨੁਸਾਦਾਲਿਕ ਬੰਦ ਕਰਤਾ ਸੀਗਾ ਕਿਦਾਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਹਦੇ ਤੇ ਵੀ ਸੁਪਰੀਮ ਕੋਰਟ ਦਾ ਸੀਗਾ ਇੱਕ ਕਿ ਤੁਸੀਂ ਜ਼ਮੀਨਾਂ ਇਦਾਂ ਜਿਹੜੀਆਂ ਹੈ ਕੋਈ ਸਟੇਟਸ ਕੋ ਚੇਂਜ ਨਹੀਂ ਕਰ ਸਕਦੇ ਉਹ ਸਾਰਿਆਂ ਦੀਆਂ ਸਾਰੀਆਂ ਜ਼ਮੀਨਾਂ ਐਕਟ ਬਣਾ ਕੇ ਵਾਪਸ ਕਰਤੀਆਂ ਸੀਗੀਆਂ ਸਾਰਿਆਂ ਨੂੰ ਕਿਸਾਨਾਂ ਨੂੰ ਨਾ ਰਹੇ ਬਾਂਸ ਦੇ ਨਾਰਗੇ ਬੰਸਰੀ ਪਾਣੀ ਕਦੇ ਪੰਜਾਬ ਤੋਂ ਨਹੀਂ ਹੁਣ ਜਾ ਸਕਦਾ ਜਿਹੜੀ ਐਸਵਾਈਐ ਲੈ ਬਣਾਣਾ ਚਾਹੁੰਦੇ ਸੀਗੇ ਇਹ ਸਰਕਾਰ ਕਰਕੇ ਹੋਇਆ ਸੀਗਾ ਡਰਜੋਆਣਾ ਦੀ ਫਾਂਸੀ ਦੀ ਸਜ਼ਾ ਵੀ ਉਦੋਂ ਆਈ ਸੀ ਉਹ ਵੀ ਸੁਪਰੀਮ ਕੋਰਟ ਨੇ ਕੀਤੀ ਸੀ ਔਰ ਵੀ ਮੁੱਖ ਮੰਤਰੀ ਨੂੰ ਡਾਇਰੈਕਟ ਕੀਤਾ ਸੀਗਾ ਕਿ ਇੰਪਲੀਮੈਂਟ ਕਰਾਓ ਉਦੋਂ ਵੀ ਤੁਹਾਨੂੰ ਵੀ ਯਾਦ ਹੋਣਾ ਕਿ ਬਾਦਲ ਸਾਹਿਬ ਨੇ ਕਿਹਾ ਸੀਗਾ ਕਿ ਮੇਰੇ ਹੁੰਦੇ ਤਾਂ ਨਹੀਂ ਇੰਪਲੀਮੈਂਟ ਹੁੰਦਾ ਜੇ ਸਰਕਾਰ ਡਿਸਮਿਸ ਕਰਨੀ ਚਾਹੁੰਦੇ ਆ ਕਿ ਸੁਪਰੀਮ ਕੋਰਟ ਦਾ ਕਹਿਣਾ ਨਹੀਂ ਮੰਨ ਰਿਹਾ ਇਨ ਕਨਸਟੀਟਿਊਸ਼ਨਲ ਬ੍ਰੇਕਡਾਊਨ ਹੋ ਰਿਹਾ ਤੇ ਇੱਕ ਕਲੋਜ਼ ਹੁੰਦੀ ਹੈ ਕਿ ਗਵਰਨਮੈਂਟ ਇਜ਼ ਨਾਟ ਬੀਇੰਗ ਰਨ ਇਨ ਅਕੋਰਡੈਂਸ ਵਿਦ ਦਾ ਕਨਸਟੀਟਿਊਸ਼ਨ ਕਨਸਟਿਟਿਊਸ਼ਨ ਦੇ ਹਿਸਾਬ ਨਾਲ ਸਰਕਾਰ ਨਹੀਂ ਚਲਾਈ ਜਾ ਰਹੀ ਡਿਸਮਿਸ ਕਰ ਦਿਓ ਮੈਨੂੰ ਅੰਦਰ ਕਰਨਾ ਡੈਫੇਮੇਸ਼ਨ ਤੇ ਮੈਂ ਸੁਪਰੀਮ ਕੋਰਟ ਦੇ ਖਿਲਾਫ ਬੋਲ ਰਿਹਾ ਕਰ ਦਿਓ ਪਰ ਇਹ ਨਹੀਂ ਹੋਣਾ ਨਹੀਂ ਹੋਇਆ ਪੁੱਲਰ ਸਾਹਿਬ ਵੀ ਸੇਮ ਕੇਸ ਸਿਗਾ ਲੋਕ ਕਹੀ ਕਰਦੇ ਨਾ ਜੀ ਬੰਦੀ ਸਿੰਘਾਂ ਦੀ ਹੁਣ ਗੱਲ ਕਰ ਰਹੇ ਹੋ ਪਹਿਲਾਂ ਨਹੀਂ ਕੀਤੀ ਇਹ ਬੰਦੀ ਸਿੰਘਾਂ ਦੇ ਇਸ਼ੂ ਸਿਗੇ ਸਾਰੇ ਸਮਝਦੇ ਨਾ ਉਸ ਤੋਂ ਪਹਿਲਾਂ ਜੋਧਪੁਰ ਦੇ ਡਿਟਿਊਨੀਜ਼ ਵੀ ਜਿਹੜੇ ਸਿਗੇ ਉਹ ਅਕਾਲੀ ਦਲ ਨੇ ਛਡਾਏ ਸਿਗੇ ਇਹ ਬੰਦੀ ਸਿੰਘਾਂ ਦਾ ਇਸ਼ੂ ਸਰਕਾਰ ਦੇ ਵੇਲੇ ਆਇਆ ਸਿਗਾ ਲੋਕੀ ਕਹੀ ਅੱਜ ਕਰ ਕਹਿੰਦੇ ਹੁਣ ਤੁਹਾਨੂੰ ਬੰਦੀ ਸਿੰਘ ਯਾਦ ਆ ਗਏ ਅਬ ਬੰਦੀ ਸਿੰਘਾਂ ਦੇ ਫਾਂਸੀਆਂ ਦੀਆਂ ਸਜ਼ਾਵਾਂ ਦਵਾਈਆਂ ਆ ਸਿਗੀਆਂ ਸੁਪਰੀਮ ਕੋਰਟ ਵੱਲੋਂ ਰਿਫਿਊਜ਼ ਕੀਤੀਆਂ ਗਈਆਂ ਨਹੀਂ ਇੰਪਲੀਮੈਂਟ ਕਰਨੀਆਂ ਪੁੱਲਰ ਸਾਹਿਬ ਨੂੰ ਲਿਆ ਕੇ ਅੰਬਰਸਰ ਰੱਖਿਆ ਸਿਗਾ ਸਮਝਦੇ ਨਾ ਹੁਣ ਕੋਈ ਬੋਲਿਆ ਨਾ ਮਰੇ ਉਹਨਾਂ ਬਾਰੇ ਅਜੇ ਤੱਕ ਕੋਈ ਕਿਸੇ ਦੇ ਮੂੰਹ ਤੇ ਵੀ ਆਇਆ ਮੈਂ ਬਾਈ ਅਮਰਿਤਪਾਲ ਹੁਣਾਂ ਵਾਲੇ ਦੱਸਦਾ ਜਦੋਂ ਇਹਨਾਂ ਨੂੰ ਕਿਸੇ ਨੇ ਕਿਹਾ ਸੀ ਬੰਦੀ ਸਿੰਘ ਕਹਿੰਦੇ ਤਾਂ ਕੀ ਹੋ ਗਿਆ ਬੰਦੀ ਸਿੰਘ ਨੂੰ ਛਡਾਣ ਦੀ ਕੀ ਲੋੜ ਹੈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹੁੰਦੀਆਂ ਕਿਆ ਸੀ ਕਿਨੇ ਕਿਹਾ ਸੀ ਗੱਲੇ ਖਾਲੀ ਤਲਲੇ ਲੜਾਈ ਲੜੀ ਸੀ ਉਦੋਂ ਸਰਕਾਰ ਦੇ ਵਿੱਚ ਵੀ ਤੇ ਸਰਕਾਰ ਤੋਂ ਬਾਹਰ ਵੀ ਲੋਕ ਇੱਕ ਕਾਮਨ ਜੀ ਮੂੰਹ ਤੇ ਜਵਾਨ ਤੇ ਲੈ ਆਂਦੇ ਗੱਲ ਫਿਰ ਸਰਕਾਰ ਵੇਲੇ ਤਾਂ ਕੀਤਾ ਨਾ ਆ ਤੁਹਾਨੂੰ ਸਰਕਾਰ ਵੇਲੇ ਦੀਆਂ ਗੱਲਾਂ ਦੱਸ ਰਿਆਂ ਸਾਰੀਆਂ ਐਸਵਾਈਐਲ ਨੂੰ ਰੋਕਣਾ ਜਮੀਨਾਂ ਵਾਪਸ ਕਰ ਰਹੀਆਂ ਇਸੇ ਕਰਕੇ ਕਰ ਪਾਈ ਸੀ ਸਰਕਾਰ ਸੀ ਬਾਹਰੋਂ ਤਾਂ ਨਹੀਂ ਕਰ ਸਕਦੇ ਸਮਝਦੇ ਨਾ ਸੋ ਇਹ ਗੱਲਾਂ ਉਦੋਂ ਨਹੀਂ ਚਲਦੀਆਂ ਨੇ ਹੁਣ ਤੁਹਾਡਾ ਸਵਾਲ ਜਿਹੜਾ ਸੀਗਾ ਦੱਸੋ ਮੈਂ ਅਗਲਾ ਸਵਾਲ ਕਰ ਰਿਹਾ ਸੁਖਬੀਰ ਸਿੰਘ ਬਾਦਲ ਚੁੰਡਾ ਕਮੇਟੀ ਦੀ ਰਿਪੋਰਟ ਦੀ ਵਜ੍ਹਾ ਕਰਕੇ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੇ ਕੀ ਮੈਂ ਸਹੀ ਕਹਿ ਰਿਹਾ ਦੇਖੋ ਚੁੰਡਾ ਕਮੇਟੀ ਦਾ ਇਹ ਸੀਗਾ ਵੀ 1 ਫੈਮਿਲੀ 1 ਟਿਕਟ ਉਹਦੇ ਵਿੱਚ ਕੀ ਇਸ਼ੂ ਜਿਹੜਾ ਆਇਆ ਇਹ ਤੁਹਾਨੂੰ ਦੱਸ ਦਿੰਦਾ ਮੈਂ ਇਸ਼ੂ ਆ ਸੀਗਾ ਕਿ ਹਰ ਸਿਮਰਤ ਬਾਦਲ ਨੂੰ ਉੱਥੋਂ ਏੜਾਣਾ ਸੀਗਾ ਬਠਿੰਡੇ ਤੋਂ ਤੇ ਲੋਕਾਂ ਦਾ ਪ੍ਰੈਸ਼ਰ ਇਹ ਵੀ ਸੀ ਨਾਲ ਵੀ ਸੁਖਵੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਲੜਨ ਜਿਹੜੇ ਕੋ ਬਹੁਤ ਸੀਗਾ ਵੀ ਜਿਹੜੇ ਲੜਨ ਤਾਂ ਜਿੱਤ ਜਾਂਦੇ ਜਿਹੜਾ ਬਾਦ ਸਾਬਤ ਵੀ ਹੋ ਗਿਆ ਜਿਹੜੇ ਲੜਦੇ ਨੇ ਪੱਕਾ ਹੀ ਜਿੱਤ ਜਾਂਦੇ ਕੋ ਬਹੁਤ ਕਲੋਜ਼ ਮਾਰਜਨ ਤੇ ਸੀ ਆ ਰਹੇ ਆ ਵਿਵਾਹ ਸਿਮਰਤ ਬਾਦਲ ਨੇ ਕਿਹਾ ਕਿ ਜੇ ਸੁਖਵੀਰ ਹੁਣਾਂ ਨੇ ਇਲੈਕਸ਼ਨ ਲੜਨੀ ਆ ਤਾਂ ਕਿਉਂਕਿ ਪਾਰਟੀ ਜੇ 1 ਫੈਮਿਲੀ 1 ਟਿਕਟ ਦਾ ਰੂਲ ਅਪਲਾਈ ਹੋਇਆ ਫਰਦਰ ਇਹਦਾ ਮਤਲਬ ਇਹ ਹੋਇਆ ਸੀਗਾ ਕਿ ਇੱਕ ਉਹਨਾਂ ਪਾਰਲੀਮੈਂਟ ਜਾ ਸਕਦੇ ਜਿਹੜਾ ਚੁੰਡਾ ਕਮੇਟੀ ਚ ਕਿ ਪਾਰਲੀਮੈਂਟ ਜਾ ਸਕਦਾ ਤਾਂ ਫਿਰ ਇੱਥੇ ਪੰਜਾਬ 'ਚ ਨਹੀਂ ਹੋਊਗਾ ਜੇ ਪੰਜਾਬ ਚਾਹਤ ਫਿਰ ਉਹ ਉੱਥੇ ਨਹੀਂ ਹੋਊਗਾ ਉਹਦੇ ਕਰਕੇ ਫਿਰ ਉਹ ਜਿਹੜਾ ਸੀਗਾ ਸੁਖਵੀਰ ਸਿੰਘ ਬਾਦਲ ਨੇ ਫਿਰੋਜ਼ਪੁਰਾਈ ਮਤਲਬ ਉਹ ਕਿਉਂਕਿ ਹਰਸ਼ਮਨੂਤਰ ਕਹਿੰਦੇ ਸੀ ਫਿਰ ਮੈਂ ਨਹੀਂ ਲੜਦੀ ਫਿਰ ਪਰ ਉੱਥੋਂ ਅਸੀਂ ਲੜਾਉਣਾ ਹਰਸ਼ਮਨੂਤਰ ਉਹਨਾਂ ਨੂੰ ਹੀ ਚਾਹੁੰਦੇ ਸੀ ਬਿਕੋਜ਼ ਉਹਨਾਂ ਨੇ ਉੱਥੇ ਕੰਮ ਕੀਤਾ ਹੋਇਆ ਐਨ ਸਾਲਾਂ ਦਾ ਚੌਥੀ ਇਲੈਕਸ਼ਨ ਲੜ ਰਹੇ ਸੀਗੇ ਮਤਲਬ 15-20 ਸਾਲ ਤੋਂ ਕੰਮ ਕਰਦੇ ਆ ਰਹੇ ਸੋ ਇਸ ਕਰਕੇ ਸੁਖਵੀਰ ਸਿੰਘ ਬਾਦਲ ਫਿਰੋਜ਼ਪੁਰ ਦੀ ਇਲੈਕਸ਼ਨ ਨਹੀਂ ਲੜੇ ਸੀ ਹੁਣ ਤੁਹਾਨੂੰ ਬਠਿੰਡੇ ਜ਼ਿਲ੍ਹੇ ਦੀ ਪਾਰਟੀ ਕਿਹਾ ਜਾਣਾ ਪਿਆ ਨਹੀਂ ਜੇ ਅਸੀਂ ਇਹਤੋਂ ਕੋਈ ਲੌਜੀਕ ਨਾ ਹੋਇਆ ਹੁਣ ਕਈ ਕਈ ਪਾਰਟੀਆਂ ਇੱਥੇ ਤੁਰੀਆਂ ਫਿਰਦੀਆਂ ਨੇ ਉਹਨਾਂ ਕੋਲ ਇੱਕ ਸੀਟ ਵੀ ਨਹੀਂ ਹੈ ਉਹਨਾਂ ਨੂੰ ਕੀ ਕਹੀਏ ਪਿਆ ਹੈ ਹੀ ਨਹੀਂ ਕਿਹਾ ਸੁਖਬੀਰ ਸਿੰਘ ਬਾਦਲ ਭਾਜਪਾ ਨੂੰ ਮੰਨੀ ਹੈ ਭਾਜਪਾ ਨੂੰ ਪਾਰਟੀ ਮੰਨੀ ਹੈ ਤੁਸੀਂ ਨਹੀਂ ਮੰਨਦੇ ਨਹੀਂ ਤੁਸੀਂ ਦੱਸੋ ਤੁਸੀਂ ਕਹਿੰਦੇ ਉਹ ਬਠਿੰਡੇ ਦੀ ਪਾਰਟੀ ਮੰਨੀਆਂ ਬਠਿੰਡੇ ਪਾਰਟੀ ਪੋਜੀਸ਼ਨ ਕਹਿੰਦਾ ਕਹਿੰਦਾ ਸਿਰਫ ਪਰਿਵਾਰ ਜਿੱਤਿਆ ਕਰਦੇ ਹਲਾ ਨਹੀਂ ਨਹੀਂ ਉਹਨਾਂ ਤੋਂ ਤਾਂ ਕੋਈ ਵੀ ਨਹੀਂ ਜਿੱਤਿਆ ਨਾ ਉਹਨਾਂ ਨੂੰ ਪਾਰਟੀ ਮੰਨੀਆਂ ਕਿ ਨਾ ਔਰ ਤੈਨੂੰ ਤੁਹਾਨੂੰ ਪਰਿਵਾਰ ਦੀ ਵੀ ਗੱਲ ਦਾ ਸਮਾਂ ਇਹ ਬਠਿੰਡਾ ਪਰਿਵਾਰ ਜਿੱਤਿਆ ਪਰਿਵਾਰ ਦਾ ਮਤਲਬ ਕੌਣ ਸ਼ਰਮਨੀ ਕਾਲੀ ਦਾ ਦਲ ਦਾ ਪ੍ਰਧਾਨ ਸੁਵੀਰ ਸਿੰਘ ਬਾਦਲ ਤੁਸੀਂ ਪੱਤਰਕਾਰੋਂ ਤੁਹਾਨੂੰ ਮੇਰਾ ਸਵਾਲ ਆ ਜਿ ਇਮਾਨਦਾਰੀ ਨਾਲ ਜਵਾਬ ਦੇ ਦਿਓ ਪਿਛਲੇ 5 ਮਹੀਨਿਆਂ ਚ ਇਲੈਕਸ਼ਨ ਤੋਂ 5 ਮਹੀਨੇ ਪਹਿਲਾਂ ਤੋਂ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਬਠਿੰਡੇ ਕੰਸਟਿਟੂਐਂਸੀ ਚ ਕਿੰਨੇ ਦਿਨ ਦੇਖਿਆ 5 ਮਹੀਨਿਆਂ ਚ ਚੋਣਾ ਸਣੇ ਨਹੀਂ ਐਵਰੀ ਡੇ ਹੀ ਵਾਸ ਔਨ ਦਾ ਰੋਡ ਟਰੈਵਲਿੰਗ ਪੰਜਾਬ ਨਹੀਂ ਜਾਂਦੇ ਸੀ ਬਠਿੰਡੇ ਮੈਂ ਤੁਹਾਨੂੰ ਸਵਾਲ ਕੀਤਾ ਨਾ ਤੁਸੀਂ ਕਹੋ ਨਹੀਂ ਤੁਸੀਂ ਝੂਠ ਬੋਲ ਰਹੇ ਹੋ ਗਏ ਇਹਨਾਂ ਦਿਨ ਪੰਜਾਂ ਪੰਜਾਂ ਮਹੀਨਿਆਂ ਚ 5 ڈیز ہی کمپینڈ فار 5 ڈیز اونلی दैट टू वेल बिफोर द इलेक्शंस इलेक्शन दे आखरी दिन अमृतसर से गए ओतो एक दिन पहले गुरदासपुर से गए ओतो एक दिन पहले खडूड़ शाह से गए ओतो एक दिन पहले जालंधर से गए ओतो बाद शारपुर से गए बठिंडे वाला मुंह तो अपनी से कीता बंद ने इलेक्शन कैंपेन से कारण कारण यही से कि पार्टी च टाणियां होर था ना थां ते ते फिर तो जिम्मेवारी ले लेना बाकी पंजाब देख दे रहे होते सारे नहीं जिम्मेदारी तो यही लेण के मैं काम नहीं कीता ਪਾਰਟੀ ਨੇ ਇਹੀ ਕਿਹਾ ਸੀ ਕੋਰ ਕਮੇਟੀ ਦੇ ਵਿੱਚ ਆਹੀ ਗੱਲਾਂ ਹੋਈਆਂ ਸੀਗੀਆਂ ਕਿ ਤੁਹਾਡੇ ਵੱਲੋਂ ਕੀ ਕਸਰ ਰਹੀ ਆ ਤੁਸੀਂ ਤਾਂ ਆਪਣੇ ਪਿੰਡ ਨਾ ਵੜੇ ਚਲੋ ਕੁਝ ਆਖਰੀ ਸਵਾਲ ਕਰ ਰਿਹਾ ਇੱਕ ਦੋ ਫਟਾਫਟ ਜਿਹੜੇ ਡੈਲੀਗੇਸ਼ਨ ਹੁੰਦੀ ਆ ਸਾਰੇ ਡੈਲੀਗੇਟਸ ਹੁੰਦੇ ਆ ਜਿਹੜੇ ਪ੍ਰਧਾਨ ਦੀ ਚੋਣ ਕਰਦੇ ਆ ਉਹ ਤੁਹਾਡੇ ਪੱਖ 'ਚ ਕਿੰਨੇ ਆ ਤੇ ਜਲੰਧਰ ਵਾਲੇ ਜਿਹੜੀ ਮੀਟਿੰਗ ਹੋਈ ਆ ਉਹਨਾਂ ਦੇ ਪੱਖ 'ਚ ਕਿੰਨੇ ਦਾਵਿਆਂ 'ਚ ਕੀ ਲੈਣਾ ਜੀ ਦਾਵਿਆਂ 'ਚ ਕੀ ਲੈਣਾ ਜੇ ਕਿਸੇ ਨੂੰ ਲੱਗਦਾ ਆ ਕਿ ਉਹਨਾਂ ਨੇ ਡੈਲੀਗੇਟ ਜਿਆਦਾ ਨਾ ਹੱਕਾਂ ਪ੍ਰਦਾਨ ਮੰਡਨ ਦਾ ਕਲੈਕਸ਼ਨ ਕਰਾਉਣਾ ਹੈ ਡੈਲੀਗੇਟ ਦੀ ਗਿਣਤੀ ਦਾ ਕਹਿ ਰਹੇ ਹੋ ਗਿਣਤੀ ਦਾ ਸਕਦੇ ਆਸੀ ਮੈਂ ਤਾਂ ਬੇਨਤੀ ਹੀ ਕਰ ਰਿਹਾ ਕਿ ਗਿਣਤੀ ਚਾਹੇ 100 ਹੋਵੇ ਜਾਂ 500 ਹੋਵੇ ਜਾਂ 100 ਹੋਵੇ ਜਾਂ 5 ਹੋਣ ਜੇ ਕਿਸੇ ਬੰਦੇ ਕੋਲ ਸੁਖਵੀਰ ਸਿੰਘ ਬਾਦਲ ਨਾਲੋਂ ਜ਼ਿਆਦਾ ਡੈਲੀਗੇਟ ਹੈ ਤਾਂ ਹੱਕ ਬਣਦਾ ਪਰ ਡੈਲੀਗੇਟ 60 40 ਹੈ ਜਾਂ ਨਹੀਂ ਮੈਂ ਤਾਂ ਯਾਰ ਕਮਾਲ ਦੀ ਗੱਲ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਕੇ ਹਟਿਆ ਤੁਸੀਂ ਆਪ ਦੇਖ ਕੇ ਹਟਿਆ ਹੋ ਪੂਰੀ ਦੀ ਪੂਰੀ ਵਰਕਿੰਗ ਕਮੇਟੀ ਜਿਹੜੇ ਬੰਦੇ ਗੁਜ਼ਰ ਗਏ ਪੰਜਾਬ ਦੇਸ਼ ਚੋਂ ਦੁਨੀਆ ਚੋਂ ਉਹਨਾਂ ਨੂੰ ਛੱਡ ਕੇ ਪੂਰੀ ਦੀ ਪੂਰੀ ਵਰਕਿੰਗ ਕਮੇਟੀ ਹਾਜ਼ਰ ਸੀ ਪੂਰੀ ਦੀ ਪੂਰੀ ਐਂਡ ਬਾਏ ਦ ਵੇ ਵਰਕਿੰਗ ਕਮੇਟੀ ਹੁੰ is not an institutional body core committee ਪ੍ਰਧਾਨ ਆਪ ਬਣਾਉਂਦਾ ਤਾਂ ਆਪ ਭੰਗ ਕਰ ਸਕਦਾ ਵਰਕਿੰਗ ਕਮੇਟੀ ਪ੍ਰਧਾਨ ਭੰਗ ਨਹੀਂ ਕਰ ਸਕਦਾ ਬਾਈ ਦਾਵੇ ਦੱਸਣਾ ਪਰਮਨੈਂਟ ਬੋਡੀ ਹੈ ਵਰਕਿੰਗ ਕਮੇਟੀ ਇਸ ਦੀ ਚੀਫ ਐਗਜ਼ੀਕਟਿਵ ਜਿਹਨੂੰ ਮੰਨਿਆ ਜਾਂਦਾ ਕਿ ਸ਼ਰੋਮਨੀ ਅਕਾਲੀ ਦਲ ਆਇਆ इट्स ਬੇਹਤੀ ਸੁਣ ਲੋ ਨਾ ਹੁਣ ਵਰਕਿੰਗ ਕਮੇਟੀ ਦਾ ਮਤਲਬ ਹੈ ਉਹਨੂੰ ਜਿਹਨੂੰ ਕੋਈ ਨਹੀਂ ਭੰਗ ਕਰ ਸਕਦਾ ਉਧਰ ਸਾਰੇ ਦੇ ਸਾਰੇ ਮੈਂਬਰ ਇੱਕ ਪਾਸੇ ਉਧਰ ਕੋਈ ਨਹੀਂ ਗਿਆ ਸਾਰੇ ਦੇ ਸਾਰੇ ਹਲਕਾ ਇੰਚਾਰਜ ਇੱਕ ਪਾਸੇ ਸਾਰੇ ਦੇ ਸਾਰੇ ਜ਼ਿਲ੍ਹਾ ਜੇਜ਼ਦਾਰ ਇੱਕ ਪਾਸੇ ਹੁਣ ਜੇ ਡੈਲੀਗੇਟ ਦੀ ਗੱਲ ਰਹਿ ਗਈ ਉਹ ਵੀ ਤੁਸੀਂ ਟੈਸਟ ਕਰ ਲਓ ਜਦ ਮਰਜੀ ਕਰ ਲਓ ਜੇ ਜੇ ਡੈਲੀਗੇਟਸ ਕਿਸੇ ਨਾਲ ਜਿਆਦਾ ਨਹੀਂ ਤਾਂ ਉਹਨਾਂ ਦਾ ਹੱਕ ਬਣਦਾ ਸੀ ਨੰਬਰ ਤੁਸੀਂ ਨੰਬਰ ਕਿਉਂ ਨਹੀਂ ਦੱਸ ਪਾਰੇ ਫਿਰ ਮੈਂ ਤਾਂ ਕਹਿ ਰਿਹਾ ਤੁਹਾਡਾ ਨੰਬਰ ਦੱਸਿਆ ਨਹੀਂ ਤੁਹਾਨੂੰ ਉਹਨਾਂ ਨੂੰ ਮੈਂ ਸਾਰੇ ਦੇ ਸਾਰੇ ਸਾਡੇ ਨਾਲ ਚਲਿਆ ਆਖਰੀ ਸਵਾਲ ਸਖਬੀਰ ਸਿੰਘ ਬਾਦਲ ਨੇ ਆਉਣ ਵਾਲੀ ਕੋਈ ਜਮਨੀ ਚੋਣ ਲੜਨੀ ਹੈ ਇਹ ਤਾਂ ਮੈਂ ਨਹੀਂ ਉਹ ਤਾਂ ਪਾਰਟੀ ਫੈਸਲਾ ਕਰਦੀ ਹੁੰਦੀ ਹੈ ਮੈਂ ਕਿਦਾ ਕਰ ਸਕਦਾ ਤੁਸੀਂ ਕੀ ਸਲਾਹ ਦੋਗੇ ਲੜੋ ਨਹੀਂ ਮੈਂ ਨਹੀਂ ਦਊਂਗਾ ਮੈਂ ਤਾਂ ਇਹ ਕਹੂੰਗਾ ਜੋ ਪਾਰਟੀ ਕਹਿੰਦੀ ਕਰ ਲਓ ਤੁਸੀਂ ਸਖਬੀਰ ਸਿੰਘ ਬਾਦਲ ਨੂੰ ਇਹ ਸਲਾਹ ਦੋਗੇ ਪ੍ਰਧਾਨ ਬਣੇ ਰਹੋ ਸੌਰੀ ਸਖਬੀਰ ਸਿੰਘ ਬਾਦਲ ਮੈਂ ਕਹ ਉਹ بار-बार ਪਾਰਟੀ ਨੂੰ ਕਹਿ ਰਹੇ ਨੇ ਮੈਂ ਰਿਜ਼ਾਈਨ ਕਰਦਾ ਉਹ ਨਹੀਂ ਲੈ ਰਹੇ ਇਹ ਇਹ ਬੰਦੇ ਵਿੱਚ ਹੀ ਸੀਗੇ ਬਾਈ ਦਾ ਬਾਈ ਜਿਹੜੇ ਬੰਦੇ ਅੱਜ ਕਹਿ ਰਹੇ ਨੇ ਤੁਸੀਂ ਇਹਨਾਂ ਨੂੰ ਪੁੱਛੋ ਤਾਂ ਸਹੀ ਕਿ ਕੀ ਸੁਖਵੀਰ ਸਿੰਘ ਬਾਦਲ ਨੇ ਇੰਨੀ ਵਾਰੀ ਤਸਤੀਫਾ ਆਪਣਾ ਪੇਸ਼ ਕੀਤਾ ਕਿ ਨਹੀਂ ਕੀਤਾ ਤੁਸੀਂ ਐਕਸੈਪਟ ਕਿਉਂ ਨਹੀਂ ਕੀਤਾ ਸਰ ਇੱਕ ਮੂੰਹ ਕਹਿਣਾ ਤੇ ਸਰ ਇੱਕ ਲਿਖਤੀ ਤੌਰ ਤੇ ਨਹੀਂ ਨਹੀਂ ਜਨਾਬੇ ਹਲੀ ਮੇਰੀ ਗੱਲ ਮਾਨ ਦੀ ਗੱਲ ਕਰੀ ਜਾਂਦੇ ਹੋ ਅਗਲਾ ਕਹਿ ਰਿਹਾ ਕਿ ਮੈਂ ਹੁਣੇ ਹੀ ਉੱਠ ਕੇ ਵੀ ਬਾਹਰ ਚਲੇ ਜਾਣਾ ਤੁਸੀਂ ਬਾਅਦ ਚ ਦੂਜਾ ਬੰਦਾ ਚੁਣ ਲਓ ਤੁਸੀਂ ਕਹੋ ਜਾਓ ਤੁਸੀਂ ਕਹੋ ਲਿਖ ਕੇ ਦਿਓ ਕਿਆ ਨਹੀਂ ਉਹਨਾਂ ਨੇ ਕਦੇ ਵੀ ਲੈ ਕੇ ਤੁਸੀਂ ਉਹਨਾਂ ਨੂੰ ਪੁੱਛੋ ਮੈਨੂੰ ਕਿਉਂ ਪੁੱਛਦੇ ਆ ਚਲ ਜੇ ਉਹ ਕਹਿਣ ਜੇ ਉਹ ਕਹਿਣਗੇ ਅਸੀਂ ਕਿਹਾ ਮੈਨੂੰ ਦੁਬਾਰਾ ਬੁਲਾ ਲਿਓ ਬਹੁਤ ਧੰਨਵਾਦ ਸਰ ਥੈਂਕ ਯੂ ਸੋ ਮੱਚ ਸੱਚ ਅ ਪਲੇਜ਼ਰ ਇਹ ਸਨ ਐਚਐਸ ਬੈਂਸ ਜਿਨ੍ਹਾਂ ਤੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਸੀਂ ਲਏ ਆ ਤੇ ਇਹ ਸਵਾਲਾਂ ਦੇ ਜਵਾਬ ਤੁਹਾਡੀ ਕਚਾਰੀ 'ਚ ਪਏ ਆ ਤੇ ਤੁਹਾਡੀ ਫੀਡਬੈਕ ਦਾ ਸਦਾ ਇੰਤਜ਼ਾਰ ਹੈ ਬਹੁਤ ਧੰਨਵਾਦ